ਅੱਗੇ ਪਿੱਛੇ ਤਾਂ ਸਿਰ ਦਾ ਪਤਾ ਵੀ ਨਹੀਂ ਚੱਲਦਾ, ਮੱਥੇ ਦਾ ਪਤਾ ਵੀ ਨਹੀਂ ਚੱਲਦਾ ਹੈ ਵੀ ਸਹੀ ਕਿ ਨਹੀਂ, ਪਰ ਜਦ ਕਦੀ ਦੁਖਦਾ ਪੀੜ ਹੋਵੇ ਤਾਂ ਇੰਝ ਲੱਗਦਾ ਜਿਵੇਂ ਬਸ ਮੈਂ ਮੱਥਾ ਹੀ ਹਾਂ, ਹੋਰ ਕੁਝ ਹਾਂ ਹੀ ਨਹੀਂ। ਪੀੜ, ਦਰਦ, ਜਿੱਥੇ ਦਰਦ ਹੈ ਧਿਆਨ ਉੱਥੇ, ਔਰ ਉਸੇ ਦਾ ਹੀ ਮਨੁੱਖ ਨੂੰ ਗਿਆਨ ਹੁੰਦਾ। ਅੱਗੇ ਪਿੱਛੇ ਅੱਖਾਂ ਦਾ ਪਤਾ ਹੀ ਨਹੀਂ ਚੱਲਦਾ ਐਨ ਵੀ ਸਹੀ ਕਿ ਨਹੀਂ, ਪਰ ਜਦ ਕਦੀ ਦੁਖਣੀ ਆ ਜਾ ਫਿਰ ਸਾਰਾ ਧਿਆਨ ਅੱਖਾਂ ਦੇ ਵਿੱਚ। ਅੱਗੇ ਪਿੱਛੇ ਤੇ ਕਤੇ ਖਿਆਲ ਨਹੀਂ ਆਉਂਦਾ ਕਿ ਮੇਰੇ ਕੰਨ ਵੀ ਹਨ ਕਿ ਨਹੀਂ, ਕਦੀ ਇੱਕ ਕੰਨ ਦੁੱਖ ਹੈ ਤਾਂ ਸਾਰਾ ਧਿਆਨ ਸਾਰਾ ਗਿਆਨ ਉਸ ਕੰਨ ਦੇ ਆਲੇ ਦੁਆਲੇ ਪਰਿਕਰਮਾ ਕਰਦਾ। ਬੇਦਨ ਪੀੜਾ, ਬੇਦਨ ਗਿਆਨ। ਦਰਅਸਲ ਗਿਆਨ ਤੇ ਧਿਆਨ ਜਿੱਥੇ ਪੀੜਾ ਹੈ ਉੱਥੇ ਟਿਕ ਜਾਂਦੇ ਨੇ, ਜਾਂ ਇੰਝ ਕਹਿ ਲਓ ਮਨੁੱਖ ਦੀ ਪੀੜਾ ਹੀ ਕਿਸੇ ਗਿਆਨ ਨੂੰ ਜਨਮ ਦਿੰਦੀ ਹੈ, ਮਨੁੱਖ ਦਾ ਦਰਦ ਹੀ ਧਿਆਨ ਨੂੰ ਖਿੱਚਦਾ ਹੈ। ਔਰ ਮਨੁੱਖ ਕੋਲ ਜਿਤਨਾ ਗਿਆਨ ਪੀੜਾ ਦਾ ਹੈ, ਦਰਦ ਦਾ ਹੈ, ਸੁੱਖ ਦਾ ਨਹੀਂ, ਤੂੰ ਕਿਸੇ ਕੋਲੋਂ ਵੀ ਥੋੜ੍ਹੀ ਜਿਹੀਆਂ ਗੱਠੜੀ ਖੋਲ੍ਹ ਕੇ ਵੇਖੀ ਹੈ, ਯਕੀਨ ਜਾਣੋ ਆਪਣੇ ਦੁੱਖਾਂ ਦੀ ਪੰਡ ਬਿਆਨ ਕਰੇਗਾ, ਸੁੱਖ ਉਸਨੂੰ ਭੁੱਲ ਗਏ ਨੇ, ਚੇਤਾ ਹੀ ਨਹੀਂ, ਦੁੱਖ ਯਾਦ ਨੇ। ਔਰ ਮਹਾਰਾਜ ਤਾਂ ਹੀ ਕਹਿੰਦੇ ਨੇ ਕਿਸ ਪੇ ਖੋਲੋਂ ਗੰਠੜੀ ਦੁੱਖੀ ਭਰ ਆਇਆ, ਮੈਂ ਆਪਣੇ ਦੁੱਖਾਂ ਦੀ ਪੰਡ ਕਿਹਦੇ ਅੱਗੋਂ ਖੋਲਾਂ, ਕਿਉਂਕਿ ਮੈਂ ਖੋਲਣ ਲੱਗਦਾ ਅਗਲਾ ਪਹਿਲੇ ਹੀ ਖੋਲ ਕੇ ਰੱਖ ਦਿੰਦਾ। ਹਰ ਇੱਕ ਮਨੁੱਖ ਨੇ ਦੁੱਖ ਸੰਭਾਲ ਕੇ ਰੱਖੇ ਹਨ, ਕਿਉਂ? ਪੀੜਾ ਦੇ ਵਿੱਚ ਧਿਆਨ ਚਲਾ ਜਾਂਦਾ ਹੈ ਔਰ ਗਿਆਨ ਉਸਦਾ ਹੁੰਦਾ ਹੈ। ਸੁੱਖ ਦੇ ਵਿੱਚ ਨਾ ਧਿਆਨ ਜਾਂਦਾ ਹੈ ਨਾ ਉਸਦਾ ਗਿਆਨ, ਆਇਆ ਸੁੱਖ ਦੇ ਵਿੱਚ ਜੀ ਲੈ, ਸੁੱਖ ਚਲਾ ਗਿਆ, ਪਰ ਦੁੱਖ ਦੇ ਵਿੱਚ ਧਿਆਨ ਗਹਿਰਾ ਜੁੜਦਾ ਹੈ ਔਰ ਦੁੱਖ ਦਾ ਗਿਆਨ ਬੜਾ ਗਹਿਰਾ ਪ੍ਰਾਪਤ ਹੁੰਦਾ ਹੈ। ਰੋਗੀ ਮਨੁੱਖ ਜਿਤਨੀ ਰੋਗ ਦੀ ਵਿਆਖਿਆ ਕਰਦੇ ਨੇ, ਇਤਨੇ ਤੰਦਰੁਸਤ ਬੰਦੇ ਨੂੰ ਰੋਗ ਦਾ ਕੱਖ ਵੀ ਨਹੀਂ ਪਤਾ ਔਰ ਤੰਦਰੁਸਤ ਬੰਦੇ ਨੂੰ ਤੰਦਰੁਸਤੀ ਦਾ ਵੀ ਨਹੀਂ ਪਤਾ। ਤੰਦਰੁਸਤ ਬੰਦੇ ਕੋਈ ਤੰਦਰੁਸਤੀ ਦੀ ਵਿਆਖਿਆ ਕਰਦੇ ਨੇ, ਰੋਗੀ ਮਨੁੱਖ ਰੋਗੀ ਦੀ ਵਿਆਖਿਆ ਕਰਦੇ ਨੇ, ਰੋਗਾਂ ਦੀ, ਦਵਾਈਆਂ ਦੀ। ਔਰ ਯਕੀਨ ਜਾਣੋ ਉਸਨੂੰ ਰੋਗੀ ਸਮਝ ਲੈਣਾ, ਜਿਹੜਾ ਜਿੱਥੇ ਬੈਠੇ ਰੋਗਾਂ ਦੀ ਵਿਆਖਿਆ ਕਰੇ ਸਮਝ ਲੈਣਾ ਪੰਜ ਸੱਤ ਰੋਗ ਇਸਨੂੰ ਕੁਝ ਨਾ ਕੁਝ ਤਾਂ ਹਨ, ਵਰਨਾ ਇਤਨੀ ਵਿਆਖਿਆ ਕਿਉਂ ਕਰਦਾ ਹੈ? ਇਤਨਾ ਗਿਆਨ ਇਸਦੇ ਕੋਲ ਕਿਉਂ ਹੈ? ਰੋਗਾਂ ਦਾ, ਪੀੜਾ ਦਾ ਇਤਨਾ ਗਿਆਨ ਹੈ, ਦਰਦ ਦਾ ਇਤਨਾ ਗਿਆਨ ਹੈ, ਇਹ ਰੋਗੀ ਹੈ। ਤੋ ਖੈਰ, ਮੁਖਤਸਰ ਮੈਂ ਅਰਜ਼ ਕਰਾਂ, ਧਿਆਨ ਗਿਆਨ ਜਿੱਥੇ ਦਰਦ ਹੈ ਉੱਥੇ ਹੀ ਰਹਿੰਦਾ। ਪੀੜਾ ਦੇ ਵਿੱਚ, ਦਰਦ ਦੇ ਵਿੱਚ, ਦੁੱਖ ਦੇ ਵਿੱਚ ਸਮਾਂ ਲੰਬਾ ਹੋ ਜਾਂਦਾ, ਚਾਹੇ ਤੰਦਰੁਸਤੀ ਦਾ ਵਿਛੋੜਾ, ਚਾਹੇ ਪ੍ਰਭਤਾ ਦਾ ਵਿਛੋੜਾ, ਚਾਹੇ ਧਨ ਦਾ ਵਿਛੋੜਾ, ਸੰਪਦਾ ਦਾ ਵਿਛੋੜਾ, ਵਤਨ ਦਾ ਵਿਛੋੜਾ, ਪਰਿਵਾਰ ਦਾ ਵਿਛੋੜਾ, ਮਿੱਤਰਾਂ ਦਾ ਵਿਛੋੜਾ, ਪੁੱਤਰਾਂ ਦਾ ਵਿਛੋੜਾ, ਪ੍ਰਭੂ ਦਾ ਵਿਛੋੜਾ, ਵਿਛੋੜਾ ਅਗਰ ਬਹੁਤ ਗਹਿਰੇ ਰੂਪ ਦੇ ਵਿੱਚ ਮਹਿਸੂਸ ਹੋ ਰਿਹਾ ਹੈ ਤਾਂ ਇੱਕ ਮਿੰਟ ਇੱਕ ਦਿਨ ਵਰਗਾ ਹੋ ਜਾਏਗਾ, ਇੱਕ ਦਿਨ ਕਈ ਸਾਲਾਂ ਵਰਗਾ। ਚਾਰ ਪਹਿਰ ਚੌ ਜੁਗੇ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ। ਗੁਰੂ ਅਰਜਨ ਦੇਵ ਜੀ, ਦਿਨ ਦੇ ਚਾਰ ਪਹਿਰ ਚਾਰ ਯੁਗਾਂ ਵਰਗੇ ਹੋ ਗਏ, ਨਹੀਂ ਲੰਘਦੇ। ਰਾਤ ਆਈਏ ਕਿਤਨੇ ਯੁਗਾਂ ਵਰਗੀ ਹੈ, ਮਹਾਰਾਜ ਕਹਿੰਦੇ ਨੇ ਮੈਂ ਬਿਆਨ ਨਹੀਂ ਕਰ ਸਕਦਾ।
ਇੱਕ ਘੜੀ ਦਿਨਸਮ ਕੋ ਬਹੁਤ ਦਿਹਾੜੇ, ਮਨ ਨਾ ਰਹੇ ਕੈਸੇ ਮਿਲੋ ਪਿਆਰ। ਇੱਕ ਘੜੀ ਕਈ ਦਿਨਾਂ ਵਰਗੀ ਹੈ, ਨਹੀਂ ਲੰਘਦੀ। ਦਿਨ ਰਾਤ ਦੀਆਂ ਘੜੀਆਂ 60 ਨੇ, ਗਿਣਤੀ ਇਸ ਤਰ੍ਹਾਂ ਕੀਤੀ, 8 ਪੈਰ 60 ਘੜੀਆਂ। ਇੱਕ ਘੜੀ ਮਹਾਰਾਜ ਕਹਿੰਦੇ ਨੇ ਕਈ ਦਿਨਾਂ ਵਰਗੀ ਹੈ, ਨਹੀਂ ਲੰਘਦੀ, ਨਹੀਂ ਗੁਜ਼ਰਦੀ। ਪੀੜਾ ਦੇ ਵਿੱਚ, ਦੁੱਖ ਦੇ ਵਿੱਚ, ਸੰਤਾਪ ਦੇ ਵਿੱਚ ਸਮਾਂ ਲੰਬਾ ਹੋ ਜਾਂਦਾ ਹੈ। ਰਸ ਦੇ ਵਿੱਚ, ਖੇੜੇ ਦੇ ਵਿੱਚ, ਖੁਸ਼ੀ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ। ਬੰਦਾ ਕਹਿੰਦਾ ਲੈ ਅੱਜ ਦਾ ਦਿਨ ਹੁਣੇ ਆਇਆ, ਹੁਣੇ ਚਲਾ ਗਿਆ, ਅੱਜ ਦੀ ਰਾਤ ਹੁਣੇ ਆਈ, ਹੁਣੇ ਚਲੀ ਗਈ। ਨਹੀਂ, ਐਸਾ ਨਹੀਂ ਹੈ। ਦਿਨ ਵੀ ਆਪਣੀ ਚਾਲ ਨਾਲ ਚੱਲੇ, ਰਾਤ ਵੀ ਆਪਣੀ ਚਾਲ ਨਾਲ ਚੱਲੀ ਹੈ, ਪਰ ਸੁੱਖ ਨੇ, ਆਨੰਦ ਨੇ, ਰਸ ਨੇ ਰਾਤ ਨੂੰ ਛੋਟਾ ਕਰ ਦਿੱਤਾ, ਦਿਨ ਨੂੰ ਛੋਟਾ ਕਰ ਦਿੱਤਾ। ਦੁੱਖ ਤੇ ਪੀੜਾ ਦਿਨ ਤੇ ਰਾਤ ਨੂੰ ਵੱਡਾ ਕਰ ਦਿੰਦੀ ਹੈ। ਫਰੀਦਾ, ਰਾਤੀ ਵੱਡੀਆਂ, ਬਹੁਤ ਵੱਡੀ ਹੋ ਗਈ ਹੈ, ਬਹੁਤ ਲੰਬੀ ਹੋ ਗਈ ਹੈ, ਨਹੀਂ ਲੰਘਦੀ। ਦੁੱਖ ਸਮੇਂ ਨੂੰ ਲੰਬਾ ਕਰ ਦਿੰਦਾ, ਸੁੱਖ ਸਮੇਂ ਨੂੰ ਛੋਟਾ ਕਰ ਦਿੰਦਾ, ਔਰ ਪਰਮ ਆਨੰਦ ਵਿੱਚ ਸਮਾਂ ਖੋ ਜਾਂਦਾ। ਪਰਮਾਤਮਾ ਦੀ ਦੁਨੀਆਂ 'ਚ ਸਮਾਂ ਨਹੀਂ ਹੈ। ਦਿਨ ਸਰੈਨ ਬੇਦ ਨਹੀਂ ਸ਼ਾਸਤਰ ਤਹਾਂ ਬਸੇ ਨਿਰੰਕਾਰਾ, ਕਹਿਤ ਕਬੀਰ ਨਰ ਤਿਸੇ ਧਿਆਵੋ ਬਾਵਰੇ ਆ ਸੰਸਾਰਾ। ਭਗਤ ਕਬੀਰ ਕਹਿੰਦੇ ਨਿਰੰਕਾਰ ਦੀ ਦੁਨੀਆਂ 'ਚ ਦਿਨ ਰਾਤ ਸਮਾਂ ਵਕਤ ਨਹੀਂ ਹੈ, ਇਤਨਾ ਆਨੰਦ ਸਮਾਂ ਖੋ ਗਿਆ। ਸਮਾਧੀ ਵਿੱਚ ਸਮਾਂ ਨਹੀਂ ਆਉਂਦਾ। ਜਦ ਕੋਈ ਫਕੀਰ ਹਲੂਲ ਕਰ ਜਾਂਦਾ, ਸਮਾਧੀ ਦੇ ਚਲਾ ਜਾਂਦਾ, ਵਕਤ ਖੋ ਜਾਂਦਾ। ਇਤਨਾ ਰਸ, ਇਤਨਾ ਆਨੰਦ, ਸਮਾਂ ਖਤਮ। ਅਸੀਂ ਕਈ ਦਫ਼ਾ ਦੇਖਦਾ, ਉਸ ਦਿਨ ਮੈਂ ਅਰਜ਼ ਕੀਤੀ ਸੀ, ਲੋਕੀ ਕਹਿ ਦਿੰਦੇ ਨੇ ਸੰਗੀਤਕਾਰ ਨੇ ਤੇ ਸਮੇਂ ਨੂੰ ਬੰਨ ਕੇ ਰੱਖ ਦਿੱਤਾ, ਸਮਾਂ ਤੇ ਰੁਕ ਗਿਆ। ਉਸਦੀ ਗਾਇਕੀ, ਉਸਦੇ ਗਾਣ ਦਾ ਢੰਗ, ਉਸਦੀ ਲਵਲੀਨਤਾ, ਉਸਦੀ ਇਕਾਗਰਤਾ, ਸਰੋਤਿਆਂ ਦੀ ਇਕਾਗਰਤਾ ਬਣ ਗਈ। ਉਸਦੇ 2 ਘੰਟੇ ਗਾਣ ਦੇ ਇੰਜ ਬਤੀਤ ਹੋਵੇ ਜੈਸੇ 2 ਮਿੰਟ, ਬਈ ਇਸਨੇ ਤੇ ਸਮੇਂ ਨੂੰ ਬੰਨ ਕੇ ਰੱਖ ਦਿੱਤਾ। ਰਸ ਦੇ ਵਿੱਚ, ਸੁੱਖ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ, ਬੇਰਸੀ ਦੇ ਵਿੱਚ, ਦੁੱਖ ਦੇ ਵਿੱਚ ਸਮਾਂ ਲੰਬਾ ਹੋ ਜਾਂਦਾ ਹੈ, ਤੇ ਪਰਮ ਆਨੰਦ ਦੇ ਵਿੱਚ ਸਮਾਂ ਖੋ ਜਾਂਦਾ ਹੈ। ਸਮਾਂ ਹੁੰਦਾ ਹੀ ਨਹੀਂ, ਸਮਾਧੀ ਦੇ ਵਿੱਚ ਸਮਾਂ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਾਂ, ਜੋ ਮਨੁੱਖ ਜਿਤਨਾ ਆਨੰਦ ਦੇ ਜੀਣ ਵਾਲਾ ਹੋਵੇਗਾ, ਉਸਦੀ ਦੁਨੀਆਂ 'ਚ ਉਤਨਾ ਹੀ ਸਮਾਂ ਖੋ ਜਾਏਗਾ। ਜੋ ਜਿਤਨਾ ਬੇਚੈਨ ਤੇ ਦੁਖੀ ਹੋਵੇਗਾ, ਇੱਕ ਮਿੰਟ ਉਤਨਾ ਹੀ ਭਾਰੂ ਹੋਵੇਗਾ ਉਸਤੇ। ਇੱਕ ਮਿੰਟ ਪਤਾ ਨਹੀਂ ਕਿਤਨੇ ਘੰਟਿਆਂ ਵਰਗਾ, ਔਰ ਇੱਕ ਘੰਟਾ ਪਤਾ ਨਹੀਂ ਕਿਤਨੇ ਦਿਨਾਂ ਵਰਗਾ ਤੇ ਕਿਤਨੇ ਯੁਗਾਂ ਵਰਗਾ। ਅਗਰ ਇਸ ਤਰ੍ਹਾਂ ਦਾ ਦੁਖੀ ਮਨੁੱਖ, ਸਮਾਂ ਉਸਤੇ ਬੋਝ ਬਣ ਜਾਏ, ਕਾਲ ਉਸਤੇ ਬੋਝ ਬਣ ਜਾਏ, ਭਾਰ ਬਣ ਜਾਏ, ਉਹਨੂੰ ਭੁਲਾਉਣ ਵਾਸਤੇ ਆਪਣੇ ਆਪ ਨੂੰ ਬਿਜ਼ੀ ਰੱਖੇਗਾ, ਮਸਰੂਫ ਰੱਖੇਗਾ। ਕੋਈ ਮਨੋਰੰਜਨ ਚਾਹੀਦਾ, ਜਾਂ ਵੱਧ ਤੋਂ ਵੱਧ ਚਲੋ ਕੋਈ ਨਸ਼ਾ ਚਾਹੀਦਾ, ਭੁਲਾਈਏ, ਕੁਛ ਨਾ ਕੁਛ ਤੇ ਕਰੇਗਾ। ਮਹਾਰਾਜ ਕਹਿੰਦੇ ਨੇ ਉਸਦੀ ਦੁਨੀਆਂ 'ਚ ਉਹ ਜੋ ਪਰਮਾਤਮਾ, ਸਮਾਂ ਵੀ ਨਹੀਂ ਹੈ, ਵਕਤ ਨਹੀਂ ਹੈ। ਔਰ ਕਿਧਰੇ ਐਸਾ ਨਾ ਸਮਝ ਲਓ ਕਿ ਉਹ ਕਲਪਨਾ ਮਾਤਰ ਨਹੀਂ, ਮੂਰਤ, ਅਕਾਲ ਮੂਰਤ, ਮੂਰਤੀਮਾਨ ਹੈ, ਉਸਦਾ ਵਜੂਦ ਹੈ, ਉਹਦੀ ਹਸਤੀ ਹੈ। ਤੇ ਜੇ ਮੂਰਤੀਮਾਨ ਹੈ
ਇਸ ਮੂਰਤੀ ਨੂੰ ਫਿਰ ਕਿਸੇ ਨੇ ਘੜਿਆ ਹੋਵੇਗਾ, ਬਣਾਇਆ ਹੋਵੇਗਾ। ਸਾਹਿਬ ਇਕਦਮ ਕਹਿੰਦੇ ਨੇ ਅਜੋ ਨਹੀਂ, ਜਮਿਆ ਨਹੀਂ ਹੈ, ਕਿਸੇ ਨੇ ਬਣਾਇਆ ਨਹੀਂ ਹੈ। ਫਿਰ ਕਿਸ ਤਰ੍ਹਾਂ ਹੈ? ਸੈਭੰ ਸਵੈ ਭੂ, ਆਪਣੇ ਆਪ ਤੋਂ ਆਪ ਭੂ ਹੋਇਆ, ਪ੍ਰਗਟ ਹੋਇਆ। ਇੱਥੇ ਤੱਕ ਇਸ ਤਰ੍ਹਾਂ ਸਤਿਗੁਰ ਨੇ ਵਜ਼ਾਹਤ ਕੀਤੀ ਹੈ। ਉਹ ਇੱਕ ਓਅੰਕਾਰ ਹੈ, ਉਹ ਇੱਕ ਸੱਤ ਹੈ, ਉਹ ਇੱਕ ਨਾਮ ਵਾਲਾ, ਇੱਕ ਕਰਤਾ ਹੈ, ਔਰ ਇੱਕ ਉਹ ਪੁਰਖ ਹੈ, ਪੂਰਿਆ ਹੋਇਆ। ਉਹ ਇੱਕ ਭੈ ਤੋਂ ਰਹਿਤ ਹੈ, ਵਹਿਰ ਤੋਂ ਰਹਿਤ ਹੈ, ਸਮੇਂ ਤੋਂ ਰਹਿਤ ਹੈ, ਮੂਰਤੀਮਾਨ ਹੈ, ਜਨਮ ਤੋਂ ਰਹਿਤ ਹੈ, ਅਜੋ ਨੇ। ਔਰ ਉਹ ਇੱਕ ਸਵੈਭੂ ਹੈ, ਆਪਣੀ ਸਾਜਨਾ ਉਸਨੇ ਆਪ ਕੀਤੀ ਹੈ, ਸੈਭੰਗ। ਔਰ ਉਹ ਜੋ ਇੱਕ ਹੈ ਗੁਰੂ ਹੈ, ਉਹ ਜੋ ਇੱਕ ਹੈ ਪ੍ਰਸਾਦ ਹੈ। ਗੁਰੂ ਜੋ ਸੱਚ ਦੀ ਪ੍ਰੇਰਣਾ ਦੇਵੇ, ਗੁਰੂ ਜੋ ਸੱਚ ਦਾ ਪ੍ਰਕਾਸ਼ ਕਰੇ, ਗੁਰੂ ਜੋ ਝੂਠ ਦੇ ਅੰਧੇਰੇ ਨੂੰ ਤੋੜੇ, ਗੁਰੂ ਜੋ ਅਗਿਆਨਤਾ ਨੂੰ ਮਿਟਾਵੇ। ਤੇ ਤੁਸੀਂ ਹੁਣ ਇੱਥੇ ਪ੍ਰਸ਼ਨ ਕਰ ਸਕਦੇ ਹੋ, ਬਈ ਉਹ ਪਰਮਾਤਮਾ ਅਗਰ ਗੁਰੂ ਹੈ, ਕਿਸ ਤਰ੍ਹਾਂ ਅਗਿਆਨ ਮਿਟਾਉਂਦਾ ਹੈ, ਕਿਵੇਂ ਅਗਿਆਨ ਮਿਟਾਉਂਦਾ ਹੈ? ਗੁਰੂ ਬਣ ਕੇ। ਪਰ ਹੁਣ ਅਗਰ ਇਸ ਤਰ੍ਹਾਂ ਮੰਨਦੇ ਹਾਂ, ਗੁਰੂ ਬਣ ਕੇ ਉਹ ਗਿਆਨ ਮਿਟਾਉਂਦਾ ਹੈ, ਤਾਂ ਗੁਰੂ ਕੋਈ ਹੋਰ, ਪਰਮਾਤਮਾ ਕੋਈ ਹੋਰ ਨਹੀਂ, ਗੁਰੂ ਉਹੀ ਹੈ, ਉਹ ਇੱਕ ਗੁਰੂ ਹੈ। ਚਲੋ ਇਹ ਪ੍ਰਸ਼ਨ ਪੈਦਾ ਕਰੀਏ, ਖੜਾ ਕਰੀਏ ਆਪ ਹੀ। ਧਾਰਮਿਕ ਮੰਦਰ, ਧਾਰਮਿਕ ਗ੍ਰੰਥ ਔਰ ਧਾਰਮਿਕ ਰਹਿਬਰੀ ਪੁਰਸ਼ਾਂ ਦਾ ਇਤਿਹਾਸ ਕੋਈ ਬਹੁਤ ਲੰਬਾ ਨਹੀਂ ਹੈ। 5000 ਸਾਲ ਪਹਿਲੇ ਸ਼੍ਰੀ ਰਾਮ ਨਹੀਂ ਸਨ, 3500 ਸਾਲ ਪਹਿਲੇ ਸ਼੍ਰੀ ਕ੍ਰਿਸ਼ਨ ਨਹੀਂ ਸਨ, 2500 ਸਾਲ ਪਹਿਲੇ ਮਹਾਤਮਾ ਬੁੱਧ ਨਹੀਂ ਸੀ, ਔਰ 2500 ਸਾਲ ਪਹਿਲੇ ਸਵਾਮੀ ਮਹਾਵੀਰ ਵੀ ਨਹੀਂ ਸੀ, 2000 ਸਾਲ ਪਹਿਲੇ ਈਸਾ ਵੀ ਨਹੀਂ ਸੀ। ਗਾਲਬਨ 1450 ਸਾਲ ਪਹਿਲੇ ਮੁਹੰਮਦ ਸਾਹਿਬ ਵੀ ਨਹੀਂ ਸਨ, 525 ਸਾਲ ਪਹਿਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਨਹੀਂ ਸਨ, ਇਸ ਰੂਪ ਵਿੱਚ ਨਹੀਂ ਸਨ। ਇਹ ਇਤਿਹਾਸ ਕੋਈ ਬਹੁਤ ਲੰਬਾ ਨਹੀਂ ਹੈ। 3000 ਸਾਲ ਪਹਿਲੇ ਸਨਾਤਨੀ ਮੰਦਰ ਨਹੀਂ ਸਨ, ਬਿਲਕੁਲ ਨਹੀਂ ਸਨ, 2000 ਸਾਲ ਪਹਿਲੇ ਬੋਧ ਮੱਠ ਨਹੀਂ ਸਨ, ਮਹਾਤਮਾ ਬੁੱਧ ਤੋਂ 500 ਸਾਲ ਬਾਅਦ ਇਹ ਮੱਠਾਂ ਦਾ ਸਿਲਸਿਲਾ ਸ਼ੁਰੂ ਹੋਇਆ, ਔਰ ਗਾਲਬਨ 1800 ਸਾਲ ਪਹਿਲੇ, 1850 ਸਾਲ ਪਹਿਲੇ ਇਹ ਚਰਚ ਨਹੀਂ ਸਨ। ਇਹ ਵੀ ਮੈਂ ਅਰਜ਼ ਕਰਦੇ ਹਾਂ, 1300 ਸਾਲ ਪਹਿਲੇ ਮਸਜਿਦਾਂ ਨਹੀਂ ਸਨ, ਬਿਲਕੁਲ ਨਹੀਂ ਸਨ, ਤੇ 450 ਸਾਲ ਪਹਿਲੇ ਗੁਰਦੁਆਰੇ ਨਹੀਂ ਸਨ, ਬਿਲਕੁਲ ਨਹੀਂ ਸਨ, ਇੱਕ ਵੀ ਨਹੀਂ ਸੀ ਕਿਧਰੇ। ਹੋਰ ਮੈਂ ਅਰਜ਼ ਕਰਾਂ, 5000 ਸਾਲ ਪਹਿਲੇ ਵੇਦ ਨਹੀਂ ਸਨ, ਬਿਲਕੁਲ ਨਹੀਂ ਸਨ, 3500 ਸਾਲ ਪਹਿਲੇ ਗੀਤਾ ਨਹੀਂ ਸੀ, ਉੱਕੀ ਨਹੀਂ ਸੀ,
2000 ਸਾਲ ਪਹਿਲੇ ਧੰਮਪਦ ਮਹਾਤਮਾ ਬੁੱਧ ਦਾ ਗ੍ਰੰਥ ਨਹੀਂ ਸੀ, ਮਹਾਤਮਾ ਬੁੱਧ ਤੋਂ 500 ਸਾਲ ਬਾਅਦ ਵਿੱਚ ਲਿਖਿਆ ਗਿਆ। ਲੰਕਾ ਵਿੱਚ ਬਹੁਤ ਭਿਕਸ਼ੂ ਇਕੱਠੇ ਹੋਏ ਤੇ ਸਾਰਿਆਂ ਨੇ ਫੈਸਲਾ ਕੀਤਾ ਕਿ ਮਹਾਤਮਾ ਬੁੱਧ ਦਾ ਜੋ ਉਪਦੇਸ਼ ਤੇ ਸੰਦੇਸ਼ ਜੋ ਬੋਲ ਸਨ ਉਹ ਤੇ ਖੋਂਦੇ ਜਾ ਰਹੇ ਨੇ, ਬੁੱਲਦੇ ਜਾ ਰਹੇ ਸੀ, ਔਰ ਕਿਧਰੇ ਐਸਾ ਨਾ ਹੋਵੇ ਸੱਚਾਈ ਬੁੱਲਦੇ ਜਾਈਏ ਤੇ ਕੁਝ ਐਵੇਂ ਖਾਮਾ ਖਾ ਹੋਰ ਵਿੱਚ ਜੁੜ ਜਾਏ ਤੋ ਲਿਖਤੀ ਰੂਪ ਦੇਈਏ। ਤੋ ਧੰਮਪਦ ਲੰਕਾ ਵਿੱਚ ਲਿਖਿਆ ਗਿਆ, ਸ੍ਰੀ ਲੰਕਾ ਵਿੱਚ ਬੋਧ ਭਿਕਸ਼ੂ ਇਕੱਠੇ ਹੋ ਕੇ ਉਹਨਾਂ ਨੇ ਲਿਖਿਆ ਮਹਾਤਮਾ ਬੁੱਧ ਤੋਂ 500 ਸਾਲ ਬਾਅਦ। 2000 ਸਾਲ ਪਹਿਲੇ ਧੰਮਪਦ ਨਹੀਂ ਸੀ, 1500 ਸਾਲ ਪਹਿਲੇ ਬਾਈਬਲ ਨਹੀਂ ਸੀ, ਈਸਾ ਤੋਂ 500 ਸਾਲ ਬਾਅਦ ਲਿਖੀ ਗਈ ਹੈ, ਈਸਾ ਨੇ ਨਹੀਂ ਲਿਖੀ। ਔਰ ਇਸੇ ਤਰੀਕੇ ਦੇ ਨਾਲ ਗਾਲਬਨ 1300 ਸਾਲ ਪਹਿਲੇ ਕੁਰਾਨ ਸ਼ਰੀਫ ਨਹੀਂ ਸੀ, ਉੱਕੀ ਨਹੀਂ ਸੀ। 460 ਸਾਲ ਪਹਿਲੇ ਗਾਲਬਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਰੂਪ ਨਹੀਂ ਸੀ ਜੋ ਅਸੀਂ ਅੱਜ ਦਰਸ਼ਨ ਕਰਦੇ ਹਾਂ ਤੇ ਦੇਖਦੇ ਹਾਂ, ਇਹ ਨਹੀਂ ਸੀ, ਬਿਲਕੁਲ ਨਹੀਂ ਸੀ। ਤਾਂ ਫਿਰ ਹੁਣ ਮੰਨ ਲਈਏ ਕਿ ਧਰਮ ਦਾ ਇਤਿਹਾਸ ਤੇ ਕੋਈ ਬਹੁਤ ਪੁਰਾਣਾ ਨਹੀਂ, ਵੱਧ ਤੋਂ ਵੱਧ 5000 ਸਾਲ ਪਹਿਲੇ, ਕਿਉਂਕਿ ਵੇਦ ਜੈਸੇ ਕਹਿੰਦੇ ਨੇ ਹਿੰਦੂ, ਵੇਦ ਸਭ ਤੋਂ ਪੁਰਾਣੇ ਨੇ ਭਾਰਤ ਵਿੱਚ। ਸਿੱਖ ਕਹਿ ਸਕਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਨਵੇਂ ਨੇ। ਜੈਸੇ ਮਿਡਲ ਈਸਟ ਵਿੱਚ ਕਿਹਾ ਜਾਂਦਾ ਹੈ ਯਹੂਦੀ ਧਰਮ ਸਭ ਤੋਂ ਪੁਰਾਣਾ ਧਰਮ ਹੈ, ਔਰ ਬੜੇ ਮਾਣ ਨਾਲ ਆਖਿਆ ਜਾਂਦਾ ਇਸਲਾਮ ਨਵਾਂ ਧਰਮ ਹੈ, ਅਖੀਰਲਾ ਧਰਮ ਹੈ, ਨਵਾਂ ਹੈ। ਯਹੂਦੀਆਂ ਨੂੰ ਇਸ ਗੱਲ ਤੇ ਮਾਣ, ਅਸੀਂ ਘੱਟ ਤੋਂ ਘੱਟ 3000 ਸਾਲ ਪੁਰਾਣੇ ਹਾਂ, ਆਦਿ ਧਰਮ ਹੈ ਸਾਡਾ, ਪੁਰਾਣਾ ਹੈ, ਤਾਲਮੂਦ ਪੁਰਾਣੀ ਹੈ, ਸਭ ਤੋਂ ਪਹਿਲੇ। ਪਰ ਮੁਸਲਮਾਨ ਕਹਿੰਦੇ ਨਹੀਂ, ਸਭ ਤੋਂ ਆਖਰੀ ਪੈਗੰਬਰ ਮੁਹੰਮਦ ਸਾਹਿਬ, ਅਖੀਰਲੀ ਕਿਤਾਬ ਕੁਰਾਨ ਸ਼ਰੀਫ, ਸਭ ਤੋਂ ਨਵਾਂ ਧਰਮ ਇਸਲਾਮ। ਹਿੰਦੁਸਤਾਨ ਵਿੱਚ ਸਨਾਤਨ ਦੇ ਅਖਰੀ ਅਰਥ ਨੇ ਪੁਰਾਣਾ, ਸਨਾਤਨ ਮਤ, ਪੁਰਾਣਾ ਮਤ, ਸਨਾਤਨ ਦੇ ਅਖਰੀ ਅਰਥ ਇਹੀ ਨੇ, ਹੋਰ ਕੁਛ ਵੀ ਨਹੀਂ ਹੈ, ਸਨਾਤਨ ਪੁਰਾਣਾ, ਪੁਰਾਣਾ ਆਦਿ। ਸਭ ਤੋਂ ਪੁਰਾਣਾ ਮਤ ਧਰਮ ਸਨਾਤਨ ਹਿੰਦੂ ਮਤ, ਮਾਣ ਨਾਲ ਕਹਿੰਦੇ ਨੇ ਵੇਦ 5000 ਸਾਲ ਪੁਰਾਣੇ ਨੇ। ਸਿੱਖ ਕਹਿ ਦਿੰਦੇ ਨੇ ਸਭ ਤੋਂ ਨਵਾਂ ਧਰਮ ਗੁਰਮਤ, ਸਿੱਖ ਮਤ, ਇਹ ਆਪਣੇ ਇਸ ਢੰਗ ਦੇ ਕਹਿਣੇ। ਤੇ ਚਲੋ 3000 ਸਾਲ ਦਾ ਦਾਵਾ ਤੇ 5000 ਸਾਲ ਦਾ ਦਾਵਾ ਮੰਨ ਲਈਏ, ਤੋ 5000 ਸਾਲ ਪਿੱਛੇ ਧਰਮ ਨਹੀਂ ਸੀ, ਫਿਰ ਕੋਈ ਰੱਬ ਦੀ ਹੋਂਦ ਨਹੀਂ ਸੀ, ਕੋਈ ਭਗਤ ਨਹੀਂ ਸਨ, ਕਿਉਂਕਿ ਵੇਦ ਤੇ ਹੈ ਨਹੀਂ ਸਨ, ਧੰਮਪਦ ਵੀ ਨਹੀਂ ਸੀ, ਗੀਤਾ ਵੀ ਨਹੀਂ ਸੀ।
ਬਾਈਬਲ ਵੀ ਨਹੀਂ ਸੀ, ਕੁਰਾਨ ਸ਼ਰੀਫ ਵੀ ਨਹੀਂ ਸੀ, ਅੰਜੀਲ ਵੀ ਨਹੀਂ ਸੀ, ਤਾਲਮੋਦ ਵੀ ਨਹੀਂ ਸੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੂਪ ਰੇਖਾ ਵੀ ਨਹੀਂ ਸੀ, ਗੁਰਦੁਆਰੇ ਵੀ ਨਹੀਂ ਸਨ, ਮਸਜਿਦਾਂ ਵੀ ਨਹੀਂ ਸਨ, ਚਰਚ ਵੀ ਨਹੀਂ ਸਨ, ਬੌਧ ਮੱਠ ਵੀ ਨਹੀਂ ਸਨ, ਜੈਨ ਮੰਦਰ ਵੀ ਨਹੀਂ ਸਨ, ਸਨਾਤਨੀ ਮੰਦਰ ਵੀ ਨਹੀਂ ਸਨ। ਇਹ ਇਤਿਹਾਸ ਕੋਈ ਬਹੁਤ ਪੁਰਾਣਾ ਨਹੀਂ ਹੈ। ਮੈਂ ਜਦ ਆਪਣੇ ਢੰਗ ਨਾਲ ਇਸ ਨੂੰ ਵਾਚਣ ਦੀ ਅਤੇ ਖੋਜਣ ਦੀ ਕੋਸ਼ਿਸ਼ ਕੀਤੀ, ਹੈਰਾਨ, ਇੱਕੋ ਦਿਨ ਕਿਧਰੇ ਖਿਆਲ ਪੈਦਾ ਹੋਇਆ ਕਿ ਪਹਿਲਾ ਭਗਤ ਜ਼ਮੀਨ 'ਤੇ ਕੌਣ ਹੋਵੇਗਾ, ਐਵੇਂ ਖਿਆਲ ਆਇਆ ਮੈਨੂੰ। ਤਾਂ ਇਸ ਖਿਆਲ ਨੇ ਮੈਨੂੰ ਇਤਨਾ ਹੈਰਾਨ ਕਰ ਦਿੱਤਾ, ਧਾਰਮਿਕ ਇਤਿਹਾਸ 5000 ਸਾਲ ਤੋਂ ਤਾਂ ਕੋਈ ਪੁਰਾਣਾ ਹੈ ਹੀ ਨਹੀਂ, ਹੈ ਹੀ ਨਹੀਂ। ਤਾਂ ਕਮ ਸੇ ਕਮ ਮੰਨ ਲਈਏ 5000 ਸਾਲ ਪਹਿਲੇ ਕੋਈ ਭਗਤ, ਗੁਣੀ, ਗਿਆਨੀ, ਸੰਤ, ਮਹਾਤਮਾ ਹੈ ਹੀ ਨਹੀਂ ਸੀ, ਕਿਉਂਕਿ ਹੈ ਨਹੀਂ, ਕੋਈ ਲਿਖਤੀ ਨਹੀਂ ਮਿਲਦਾ, ਕੋਈ ਪ੍ਰੂਫ ਨਹੀਂ ਹੈ, ਕੋਈ ਸਬੂਤ ਨਹੀਂ ਹੈ। ਡਾਕਟਰ ਰਾਧਾ ਕਿਸ਼ਨ ਕਹਿੰਦੇ ਨੇ ਘੱਟ ਤੋਂ ਘੱਟ ਵੇਦ 5000 ਸਾਲ ਪੁਰਾਣੇ ਨੇ, ਔਰ ਇਸ ਤਰ੍ਹਾਂ ਹੀ ਅੱਜ ਦੇ ਵਿਦਵਾਨ ਬ੍ਰਾਹਮਣ ਕਹਿੰਦੇ ਨੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਨਾਂ ਦੀ ਸੰਪਾਦਨਾ ਜੋ ਕੀਤੀ ਗਈ ਤੇ ਪਹਿਲਾ ਪ੍ਰਕਾਸ਼ ਹੋਇਆ, ਘੱਟ ਤੋਂ ਘੱਟ 460 ਸਾਲ, ਇਤਨਾ ਹੀ ਅਰਸਾ ਬਣਦਾ, ਜ਼ਿਆਦਾ ਨਹੀਂ। ਤਾਂ ਹੁਣ ਮੰਨ ਲਈਏ 5000 ਸਾਲ ਪਿੱਛੇ ਧਰਮ ਨਹੀਂ ਸੀ, ਤੇ ਮਿਡਲ ਈਸਟ ਦੇ ਵਿੱਚ ਮੰਨ ਲਈਏ 3000 ਸਾਲ ਪਹਿਲੇ ਕੋਈ ਧਰਮ ਨਹੀਂ ਸੀ, ਕਿਉਂਕਿ ਮੂਸਾ ਇਸ ਤੋਂ ਪਹਿਲੇ ਤੇ ਕੋਈ ਲਿਖਤ ਮਿਲਦੀ ਨਹੀਂ, ਤਾਲਮੂਦ ਤੋਂ ਕੋਈ ਪੁਰਾਣਾ ਧਰਮ ਗ੍ਰੰਥ ਮਿਲਦਾ ਨਹੀਂ, ਕੁਰਾਨ ਸ਼ਰੀਫ ਨਵੀਂ, ਤਾਲਮੂਦ ਪੁਰਾਣੇ, ਵੇਦ ਪੁਰਾਣੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਵੇਂ। ਪਰ ਕਿਤਨੇ ਵੀ ਪੁਰਾਣੇ, 3000 ਸਾਲ ਇਸ ਬ੍ਰਹਿਮੰਡ ਨੂੰ ਬਣਿਆ ਅਰਬਾਂ ਖਰਬਾਂ ਸਾਲ ਹੋ ਗਏ, ਔਰ ਕਈ ਵਾਰ ਪਸਰੇ ਪਾਸਾਰਾ, ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਪਸਾਰਾ ਕਈ ਦਫਾ ਹੋ ਚੁੱਕਿਆ। ਹਰਨ ਭਰਨ ਜਾਂਕਾ ਨੇਤਰ ਫੋਰ, ਅੱਖ ਦੀ ਪਲਕ ਥੱਲੇ ਤੋਂ ਉੱਪਰ ਆਉਂਦੀ, ਪਤਾ ਨਹੀਂ ਕਿਤਨੀਆਂ ਪ੍ਰਿਥਵੀਆਂ ਬਣ ਰਹੀਆਂ ਨੇ, ਕਿਤਨੇ ਸੂਰਜ ਬਣ ਰਹੇ ਨੇ, ਕਿਤਨੇ ਚੰਦਰਮਾ ਬਣ ਰਹੇ ਨੇ, ਔਰ ਇਸ ਅਲਕ ਅੱਖ ਦੀ ਪਲਕ ਵਿੱਚ ਪਤਾ ਨਹੀਂ ਕਿਤਨੇ ਮਨੁੱਖ ਜਨਮ ਪੈ ਲੈਂਦੇ ਨੇ, ਔਰ ਇਸੇ ਤਰੀਕੇ ਦੇ ਨਾਲ ਕਿਤਨੇ ਜੀਵ ਜੰਤੂ ਪੈ ਆਉਂਦੇ ਨੇ, ਕਿਤਨੇ ਸੂਰਜ ਆ ਰਹੇ ਨੇ, ਇੰਨਾ ਪਸਾਰਾ। ਇਹ ਸਭ ਕੁਛ ਤੇ ਅਨਾਦੀ ਹੈ, ਤੇ ਧਰਮ ਸਿਰਫ 5000 ਸਾਲ ਪੁਰਾਣਾ ਮੰਨ ਲਈਏ। ਅਗਰ ਕਹੀਏ ਨਹੀਂ ਇਸ ਤੋਂ ਪਹਿਲੇ ਵੀ ਸੀ, ਤਾਂ ਫਿਰ ਇੱਕ ਪ੍ਰਸ਼ਨ ਖੜਾ ਹੁੰਦਾ, ਕਿਹੜੇ ਧਰਮ ਗ੍ਰੰਥ ਤੋਂ ਗਿਆਨ ਲਿਆ, ਕਿਉਂਕਿ ਧਰਮ ਗ੍ਰੰਥ ਇਹ ਤੇ ਹੈ ਨਹੀਂ ਸਨ। ਕਿਸ ਮੰਦਰ ਵਿੱਚ ਬੈਠ ਕੇ ਉਸਨੇ ਸਤਸੰਗ ਕੀਤਾ, ਕਿਉਂਕਿ ਮੰਦਰ, ਮਸਜਿਦ, ਚਰਚ, ਗੁਰਦੁਆਰੇ ਤੇ ਹੈ ਨਹੀਂ ਸਨ। ਕਿਸ ਅਵਤਾਰੀ ਪੁਰਸ਼ ਨਾਲ ਜੁੜ ਕੇ ਉਸਨੇ ਪਰਮਾਤਮਾ ਦਾ ਸਬਕ ਲਿਆ, ਕਿਉਂਕਿ ਇਹ ਤੇ ਹੈ ਹੀ ਨਹੀਂ ਸਨ। ਮੈਂ ਫਿਰ ਦੁਹਰਾ ਦਿਆਂ, 5000 ਸਾਲ ਪਹਿਲੇ ਸ਼੍ਰੀ ਰਾਮ ਨਹੀਂ ਸਨ, 3500 ਸਾਲ ਪਹਿਲੇ ਸ਼੍ਰੀ ਕ੍ਰਿਸ਼ਨ ਨਹੀਂ ਸੀ, 2500 ਸਾਲ ਪਹਿਲੇ ਮਹਾਤਮਾ ਬੁੱਧ ਤੇ ਸਵਾਮੀ ਮਹਾਵੀਰ ਨਹੀਂ ਸਨ, ਅੰਦਾਜ਼ਨ 2000 ਸਾਲ 1996 ਚੱਲ ਰਿਹਾ।
2000 ਸਾਲ ਪਹਿਲੇ ਈਸਾ ਨਹੀਂ ਸੀ। ਔਰ ਇਸੇ ਤਰੀਕੇ ਦੇ ਨਾਲ ਗਾਲਬਨ 1450 ਸਾਲ ਪਹਿਲੇ ਮੁਹੰਮਦ ਸਾਹਿਬ ਨਹੀਂ ਸਨ, 125 ਸਾਲ ਪਹਿਲੇ ਗੁਰੂ ਨਾਨਕ ਨਹੀਂ ਸਨ। ਇਹ ਤੇ ਇਤਿਹਾਸ ਹੈ, ਇਹ ਤੇ ਸਾਰਾ ਇਤਿਹਾਸ ਸਾਡੇ ਸਾਹਮਣੇ। ਤੋ ਧਰਮ ਦਾ ਰੱਬੀ ਰਸ ਦਾ ਇਤਿਹਾਸ ਵੱਧ ਤੋਂ ਵੱਧ 5000 ਸਾਲ ਦੇ ਦਾਇਰੇ 'ਚ ਮੰਨ ਲਈਏ, ਇਸ ਤੋਂ ਪਿੱਛੇ ਨਹੀਂ, ਕਿਉਂਕਿ ਇਸ ਤੋਂ ਪਿੱਛੇ ਧਰਮ ਦੀ ਇਹ ਰੂਪ ਰੇਖਾ ਤੇ ਹੈ ਹੀ ਕੋਈ ਨਹੀਂ। ਨਾ ਗੀਤਾ ਹੈ, ਨਾ ਵੇਦ ਨੇ, ਨਾ ਮੰਦਰ ਨੇ, ਨਾ ਮਸਜਿਦਾਂ ਨੇ, ਕੁਛ ਵੀ ਨਹੀਂ ਹੈ। ਇਸ ਦਾ ਜਵਾਬ ਧੰਨ ਗੁਰੂ ਨਾਨਕ ਨੇ ਬੜੇ ਗਜ਼ਬ ਦਾ ਦਿੱਤਾ ਹੈ, ਮੈਂ ਤੁਹਾਡੇ ਸਾਹਮਣੇ ਰੱਖਾਂ। ਅਗਰ ਇਹ ਸਭ ਕੁਛ ਨਹੀਂ ਸੀ ਤੇ ਮੰਨ ਲਈਏ, ਫਿਰ ਵੀ ਧਾਰਮਿਕ ਲੋਕ ਹੈ ਸਨ। ਵੇਦਾਂ ਤੋਂ ਪਹਿਲੇ ਪ੍ਰਹਿਲਾਦ ਹੋਇਆ ਹੈ, ਇਹ ਵੀ ਮੈਂ ਅਰਜ਼ ਕਰਾਂ ਸਤਯੁਗ ਦੇ ਚ ਹੋਇਆ ਹੈ। ਰਾਮ ਤੋਂ ਪਹਿਲੇ ਹੋਇਆ, ਕ੍ਰਿਸ਼ਨ ਤੋਂ ਪਹਿਲੇ ਹੋਇਆ। ਧਰਮ ਗ੍ਰੰਥਾਂ ਤੋਂ, ਧਾਰਮਿਕ ਮੰਦਰਾਂ ਤੋਂ ਔਰ ਇਹਨਾਂ ਅਵਤਾਰੀ ਪੁਰਸ਼ਾਂ ਤੋਂ ਅਗਰ ਪਹਿਲੇ ਧਰਮ ਸੀ ਤਾਂ ਪ੍ਰੇਰਣਾ ਕਿੱਥੋਂ ਲਈ, ਧਰਮ ਦੀ ਕਿੱਥੋਂ ਪ੍ਰੇਰਣਾ ਲਈ, ਸਿੱਖਿਆ ਕਿੱਥੋਂ ਲਈ, ਗਿਆਨ ਕਿੱਥੋਂ ਲਿਆ? ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ, ਨਾਨਕ ਸੱਚ ਦਾ ਤਾਰ ਸ਼ਨਾਖਤ ਕੁਦਰਤੀ। ਹੇ ਸੱਚੇ, ਹੇ ਦਇਆਲੂ, ਮੈਂ ਤੇਰੀ ਸ਼ਨਾਖਤ ਤੇਰੀ ਕੁਦਰਤ ਦੇ ਚੋਂ ਕੀਤੀ ਹੈ। ਕੁਦਰਤ ਨੇ ਜ਼ਰੇ ਜ਼ਰੇ ਦਾ ਇਹ ਕਾਦਰ ਤੇਰਾ ਸੰਦੇਸ਼ ਦਿੱਤਾ ਹੈ। ਕੁਦਰਤ ਦੇ ਇੱਕ ਇੱਕ ਕਣ ਨੇ ਤੇਰੀ ਖਬਰ ਦਿੱਤੀ ਹੈ। ਕੁਦਰਤ ਦੇ ਇੱਕ ਇੱਕ ਹਿੱਸੇ ਨੇ ਤੇਰੀ ਤਰਫ ਮੈਨੂੰ ਪ੍ਰੇਰਿਆ। ਕੁਦਰਤ, ਨਾਨਕ ਸੱਚ ਦਾ ਆਧਾਰ ਸ਼ਨਾਖਤ, ਸ਼ਨਾਖਤ ਕਹਿੰਦੇ ਨੇ ਪਹਿਚਾਣ। ਐ ਖੁਦਾ, ਮੈਂ ਤੇਰੀ ਪਹਿਚਾਣ ਕੀਤੀ, ਮੈਂ ਤੈਨੂੰ ਸਮਝ ਗਿਆ, ਮੈਂ ਤੈਨੂੰ ਜਾਣ ਲਿਆ। ਕਿਸ ਤਰ੍ਹਾਂ ਜਾਣਿਆ? ਕਿਹੜੇ ਗੁਰੂ ਕੋਲ ਜਾਣਿਆ? ਕਿਸ ਧਰਮ ਗ੍ਰੰਥ ਤੋਂ ਪੜ੍ਹਿਆ? ਕਿਹੜੇ ਮੰਦਰ ਦੇ ਜਾ ਕੇ ਸਤਸੰਗ ਕੀਤਾ? ਨਾਨਕ ਸੱਚ ਦਾ ਆਧਾਰ ਸ਼ਨਾਖਤ ਕੁਦਰਤੀ। ਹੇ ਕਾਦਰ, ਕੁਦਰਤ ਦੇ ਪੱਤੇ ਪੱਤੇ ਦੇ ਵਿੱਚ ਮੈਂ ਤੇਰਾ ਗਿਆਨ ਪੜਿਆ। ਕੁਦਰਤ ਦੇ ਜ਼ਰੇ ਜ਼ਰੇ 'ਚੋਂ ਮੈਨੂੰ ਤੇਰੀ ਪ੍ਰੇਰਣਾ ਮਿਲੀ। ਕੁਦਰਤ ਨੇ ਹਰ ਅੰਗ ਦਾ, ਹਰ ਅੰਗ ਦੇ 'ਚੋਂ ਤੇਰੇ ਗੀਤ ਸੁਣਾਏ ਮੈਨੂੰ। ਮੈਂ ਤੇ ਕੁਰਬਾਨ ਜਾਂਦਾ ਇਸ ਕੁਦਰਤ ਤੋਂ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ ਲਗੇ। ਮੈਂ ਸਦਕਿਆਂ ਇਸ ਕੁਦਰਤ ਤੋਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਨਜ਼ਮ ਮੈਂ ਤੁਹਾਡੇ ਸਾਹਮਣੇ ਰੱਖਾਂ, ਪੰਜਾਬੀ ਦੇ ਮਹਾਨ ਸ਼ਾਇਰ ਔਰ ਅਨੁਭਵੀ ਰੱਬੀ ਸ਼ਾਇਰ। ਪਹਿਲਗਾਮ ਦੇ 'ਚ ਬੈਠੇ ਸਨ ਤੇ ਜਿਨ੍ਹਾਂ ਨੇ ਕਿਧਰੇ ਪਹਿਲਗਾਮ ਦੇਖਿਆ, ਕਸ਼ਮੀਰ ਦਾ ਸਭ ਤੋਂ ਖੂਬਸੂਰਤ ਖਿੱਤਾ, ਦੋ ਦਰਿਆ ਉੱਥੇ ਆ ਕੇ ਮਿਲਦੇ ਨੇ। ਕਿਉਂਕਿ ਢਲਾਨ ਵਿੱਚ ਆਉਂਦੇ ਨੇ ਦਰਿਆ, ਤੋਂ ਬੜੀ ਰਵਾਨੀ ਹੈ, ਬੜੀ ਤੇਜ਼ੀ, ਆਵਾਜ਼ ਬੜੀ, ਇਤਨਾ ਸ਼ੋਰ ਹੈ ਕਿ ਦੋ ਬੰਦੇ ਕੋਲ ਖੜੇ ਹੋ ਕੇ ਗੱਲ ਕਰਨ ਪੱਲੇ ਕੁਛ ਨਹੀਂ ਪੈਂਦਾ, ਇਤਨਾ ਸ਼ੋਰ ਹੈ ਉਹਨਾਂ ਦੋ ਦਰਿਆਵਾਂ ਦਾ।
ਦਾਸ ਨੇ ਦੋ ਤਿੰਨ ਕਿਤਾਬਾਂ ਉੱਥੇ ਹੀ ਕੰਡੇ 'ਤੇ ਬੈਠ ਕੇ ਲਿਖੀਆਂ ਨੇ। ਮੈਂ ਹਰ ਸਾਲ ਮਹੀਨਾ ਦੋ ਮਹੀਨੇ ਲਈ ਜਾਂਦਾ ਸੀ, ਉਦੋਂ ਹਾਲਾਤ ਬਹੁਤ ਅੱਛੇ ਸਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੀ ਜੂਨ ਜੁਲਾਈ ਦੇ ਅਕਸਰ ਉੱਥੇ ਚਲੇ ਜਾਂਦੇ ਸਨ। ਬੈਠਿਆਂ ਬੈਠਿਆਂ ਉਸ ਦਰਿਆ ਨੂੰ ਆਪ ਦੇ ਅੰਦਰੋਂ ਇੱਕ ਨਜ਼ਮ ਪੁਰੀ ਹੈ। ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ, ਡਾਢਾ ਨਿਰਮਲ ਸਵੱਛ ਤੇ ਸੋਹਣਾ ਦਿਲ ਉਸ ਅੰਦਰ ਖੁਰਿਆ। ਐ ਪਰ ਡਾਢੀ ਚੀਸ ਸੀ ਉੱਠੀ ਜਾਂ ਪੱਥਰਾਂ ਨਾਲ ਵੱਜਾ, ਠੇਡੇ ਠੁੱਡੇ ਖਾ ਕੇ ਆਖਿਰ ਪਿੱਛਾਂ ਘਰ ਨੂੰ ਮੁੜਿਆ। ਚਟਾਨਾਂ ਵੜੀਆਂ ਨੇ, ਪੱਥਰ ਵੜੇ ਨੇ, ਪਾਣੀ ਟਕਰਾਂਦਾ ਪਿੱਛੇ ਮੁੜਦਾ, ਠੇਡੇ ਠੁੱਡੇ ਖਾ ਕੇ ਆਖਿਰ ਪਿੱਛਾਂ ਘਰ ਨੂੰ ਮੁੜਿਆ। ਪਿੱਛੇ ਮੁੜਦੇ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ, ਠੋਕਰਾਂ ਬਾਜ ਨਾ ਮੰਜ਼ਿਲ ਮਿਲਦੀ, ਦੁੱਖਾਂ ਬਾਜ ਨਾ ਯਾਰੀ। ਬਿਨਾਂ ਵਿਛੋੜੇ ਦੀ ਪੀੜਾ ਤੋਂ ਮਿਲਾਪ ਕਿੱਥੇ, ਬਿਨਾਂ ਠੋਕਰਾਂ ਤੋਂ ਮੰਜ਼ਿਲ ਕਿੱਥੇ। ਇਹ ਪਾਣੀ ਮਿਲੇਗਾ ਤੇ ਸਹੀ ਤੈਨੂੰ ਸਾਗਰ, ਪਰ ਕਿਤਨੀਆਂ ਚਟਾਨਾਂ ਨਾਲ ਟਕਰਾ ਕੇ, ਕਿਤਨੇ ਪੱਥਰਾਂ ਨਾਲ ਟਕਰਾ ਕੇ, ਕਿਤਨੀ ਮੰਜ਼ਿਲ ਤੈਅ ਕਰਕੇ ਪਹੁੰਚੇਗਾ ਤੇ ਸਹੀ। ਮੈਂ ਉੱਥੇ ਬੈਠਿਆਂ ਇੱਕ ਖਿਆਲ ਲਿਆ, ਇਹ ਬੂੰਦ ਤੂੰ ਕੱਲੀ ਨਹੀਂ ਪਹੁੰਚ ਸਕਦੀ ਸਾਗਰ ਤੱਕ, ਸੁੱਕ ਜਾਏਗੀ ਰਸਤੇ 'ਚ, ਸੂਰਜ ਤੈਨੂੰ ਸੁਕਾ ਦੇਵੇਗਾ, ਜਾਂ ਜਜ਼ਬ ਕਰ ਲਵੇਗੀ ਤੈਨੂੰ ਜ਼ਮੀਨ। ਮੈਂ ਕੋਈ 18-20 ਸਫਿਆਂ ਦਾ ਲੇਖ ਲਿਖਿਆ ਇਸ 'ਤੇ। ਇਹ ਬੂੰਦ ਤੈਨੂੰ ਅਰਬਾਂ ਖਰਬਾਂ ਬੂੰਦਾਂ ਦਾ ਸਹਾਰਾ ਲੈ ਕੇ ਹੀ ਸਾਗਰ ਤੱਕ ਪਹੁੰਚਣਾ ਪਏਗਾ, ਪਰ ਤੈਨੂੰ ਪਹੁੰਚਾਉਂਦਿਆਂ ਪਹੁੰਚਾਉਂਦਿਆਂ ਪਤਾ ਨਹੀਂ ਕਈ ਬੂੰਦਾਂ ਸੁੱਕ ਜਾਣਗੀਆਂ, ਕਈ ਜਜ਼ਬ ਵੀ ਹੋ ਜਾਣਗੇ, ਤਾਂ ਤੂੰ ਕਿਧਰੇ ਪਹੁੰਚ ਸਕੇਂਗੀ। ਇੰਜ ਨਹੀਂ, ਇਹ ਮਨੁੱਖ ਪਤਾ ਨਹੀਂ ਕਿਤਨੇ ਸਤਸੰਗੀਆਂ ਦਾ ਤੈਨੂੰ ਆਸਰਾ ਲੈਣਾ ਪਏਗਾ, ਕਿਤਨੇ ਪੀਰ ਪੈਗੰਬਰਾਂ ਦਾ ਤੈਨੂੰ ਆਸਰਾ ਲੈਣਾ ਪਏਗਾ, ਕਿਤਨੇ ਅਨੁਭਵੀ ਪੁਰਸ਼ਾਂ ਦਾ ਤੈਨੂੰ ਆਸਰਾ ਲੈਣਾ ਪਏਗਾ, ਫਿਰ ਤੂੰ ਕਿਧਰੇ ਰੱਬ ਦੇ ਰਸਤੇ ਤੇ ਚੱਲ ਸਕੇਗਾ। ਔਰ ਤੈਨੂੰ ਪਹੁੰਚਾਉਂਦਿਆਂ ਪਹੁੰਚਾਉਂਦਿਆਂ ਰਸਤੇ 'ਚ ਕਈ ਅਧੂ ਰਹਿ ਵੀ ਜਾਣਗੇ, ਕਿਧਰੇ ਗਮਾਂ ਕਰਕੇ ਸੁੱਕ ਜਾਣਗੇ, ਕਿਧਰੇ ਪਦਾਰਥਾਂ ਕਰਕੇ ਜਜ਼ਬ ਹੋ ਜਾਣਗੇ। ਬੂੰਦ ਜਜ਼ਬ ਹੋ ਗਈ ਜ਼ਮੀਨ ਦੇ 'ਚ, ਨਹੀਂ ਚੱਲ ਸਕੀ। ਬੂੰਦ ਨੂੰ ਸੁਕਾ ਦਿੱਤਾ ਹੈ ਸੂਰਜ ਦੀਆਂ ਕਿਰਨਾਂ ਨੇ, ਨਹੀਂ ਪਹੁੰਚ ਸਕੀ ਸਾਗਰ ਤੱਕ। ਦੁੱਖ ਮਨੁੱਖ ਨੂੰ ਸੁਕਾ ਕੇ ਰੱਖ ਦਿੰਦੇ ਨੇ। ਦੁਖੀ ਹਿਰਦਾ, ਪੀੜਤ ਹਿਰਦਾ ਕਿਵੇਂ ਜਪਜੀ ਪੜੇਗਾ? ਉਹ ਜਪਜੀ ਪੜਦਿਆਂ ਵੀ ਉਹਨੂੰ ਆਪਣੇ ਦੁੱਖ ਯਾਦ ਆਣਗੇ, ਗੁਰੂ ਨਹੀਂ ਯਾਦ ਆ ਸਕਦਾ। ਇਹ ਦਰਦ ਦੇ 'ਚ ਗਰਸਿਆ ਹੋਇਆ ਮਨੁੱਖ, ਇਹ ਪੀੜਾ ਦੇ 'ਚ ਤੜਪਦਾ ਹੋਇਆ ਮਨੁੱਖ ਕਿਵੇਂ ਵਾਹਿਗੁਰੂ ਵਾਹਿਗੁਰੂ ਕਰੇਗਾ? ਇਹ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਵੀ ਆਪਣੀ ਪੀੜਾ ਨੂੰ ਯਾਦ ਕਰੇਗਾ, ਦੁੱਖ ਤੇ ਸੁਕਾ ਕੇ ਰੱਖ ਦੇਗਾ, ਤੇ ਪਦਾਰਥ ਜਜ਼ਬ ਕਰ ਦੇਣਗੇ। ਇਤਨਾ ਧਨ, ਇਤਨੀ ਸੰਪਦਾ, ਇਤਨੀ ਐਸ਼ੋ ਇਸ਼ਰਤ ਜਜ਼ਬ ਹੋ ਗਿਆ, ਇਹ ਨਹੀਂ ਚੱਲਣ ਦੇਣਗੇ। ਕੁਛ ਬੂੰਦਾਂ ਸੁੱਕ ਜਾਂਦੀਆਂ, ਜ਼ਮੀਨ ਜਜ਼ਬ ਕਰ ਲੈਂਦੀ ਹੈ, ਸੂਰਜ ਦੀਆਂ ਕਿਰਨਾਂ ਸੁਕਾ ਦਿੰਦੀਆਂ ਨੇ, ਔਰ ਕੁਛ ਜਜ਼ਬ ਹੋ ਜਾਂਦੀਆਂ ਨੇ ਧਰਤੀ ਦੇ 'ਚ। ਕੁਛ ਇੱਕ ਨੂੰ ਪਦਾਰਥ ਆਪਣੇ ਵਿੱਚ ਜਜ਼ਬ ਕਰ ਲੈਂਦੇ ਨੇ, ਪਰਮਾਤਮਾ ਤੱਕ ਨਹੀਂ ਪਹੁੰਚਦੇ।
ਕੁਛ ਇੱਕ ਨੂੰ ਗਮ ਸੁਕਾ ਕੇ ਰੱਖ ਦਿੰਦੇ ਨੇ, ਪੀੜਾ ਦਰਦ ਸੁਕਾ ਕੇ ਰੱਖ ਦਿੰਦੇ, ਨਹੀਂ ਪਹੁੰਚ ਸਕਦੇ। ਅਗਰ ਕੋਈ ਨਹੀਂ ਪਹੁੰਚਿਆ ਤਾਂ ਇਹ ਦੋ ਹੀ ਕਾਰਨ ਹੋਣਗੇ, ਤੀਸਰਾ ਤੇ ਨਹੀਂ। ਕੋਈ ਸੁੱਖਾਂ ਵਿੱਚ ਐਸਾ ਜਜ਼ਬ ਹੋਇਆ ਰਹਿ ਗਿਆ, ਕਿਸੇ ਨੂੰ ਗਮਾਂ ਨੇ ਐਸਾ ਸੁਕਾਇਆ ਰਹਿ ਗਿਆ। ਇੱਕ ਬੂੰਦ ਅਰਬਾਂ ਖਰਬਾਂ ਬੂੰਦਾਂ ਦੇ ਸਹਾਰੇ ਤੇ ਹੀ ਰਵਾਨੀ ਰੱਖ ਸਕਦੀ ਹੈ, ਵੰਜਾ ਜ਼ਮੀਨ ਤੇ ਨਹੀਂ ਚੱਲ ਸਕਦੀ। ਇਕੱਲੀ ਬੂੰਦ ਕਿਸ ਤਰ੍ਹਾਂ ਚੱਲੇਗੀ? ਜ਼ਮੀਨ ਹੀ ਜਜ਼ਬ ਕਰ ਲਏਗੀ, ਸੂਰਜ ਦੀ ਕਿਰਨ ਹੀ ਜਜ਼ਬ ਕਰ ਲਏਗੀ। ਇਹ ਮਨੁੱਖ ਕੱਲਿਆਂ ਇਹ ਵਾਟ ਤੇਰੇ ਕੋਲ ਨਹੀਂ ਤੈਅ ਹੋਣੀ, ਬੜੀ ਲੰਬੀ ਵਾਟ। ਵਾਟ ਹਮਾਰੀ ਖਰੀ ਉਡੇਣੀ, ਖੰਨਿਓ ਤਿੱਕੀ ਬਹੁਤ ਭੇਣੀ, ਇਹ ਬਾਰੀਕ ਰਸਤਾ ਤੇ ਬਿਖਮ ਰਸਤਾ ਨਹੀਂ ਤੇਰੇ ਕੋਲ ਤੈਅ ਹੋਣਾ। ਪਤਾ ਨਹੀਂ ਕਿਤਨੇ ਸੰਤਾਂ ਦਾ ਆਸਰਾ ਲੈਣਾ ਪਏਗਾ, ਕਿਤਨੇ ਗ੍ਰੰਥਾਂ ਦਾ ਆਸਰਾ ਲੈਣਾ ਪਏਗਾ, ਕਿਤਨੇ ਅਵਤਾਰਾਂ ਦੀ ਬਾਂਹ ਪਕੜਨੀ ਪਏਗੀ, ਕਿਤਨੇ ਸਤਸੰਗੀਆਂ ਕੋਲ ਬੈਠਣਾ ਪਏਗਾ। ਪਤਾ ਨਹੀਂ ਕਿਧਰੇ ਕਿਧਰੇ ਤੈਨੂੰ ਕਿਤਨੇ ਆਸਰੇ ਲੱਭਣੇ ਪੈਣਗੇ, ਔਰ ਤੈਨੂੰ ਆਸਰਾ ਦਿੰਦਿਆਂ ਦਿੰਦਿਆਂ ਪਤਾ ਨਹੀਂ ਕਿਤਨੇ ਬੇਆਸਰੇ ਹੋ ਜਾਣਗੇ, ਰਹਿ ਜਾਣਗੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਤਨੇ ਉਪਦੇਸ਼ਕ ਨੇ, ਕਿੱਥੇ ਸਾਰੇ ਪਹੁੰਚਦੇ ਨੇ, ਕਿਤਨੇ ਸਤਸੰਗੀ ਨੇ ਜਿਨ੍ਹਾਂ ਤੋਂ ਲੋਕੀ ਪ੍ਰੇਰਨਾ ਲੈਂਦੇ ਨੇ, ਤਾਂ ਕੋਈ ਸਾਰੇ ਥੋੜ੍ਹੀ ਪਹੁੰਚਦੇ ਨੇ, ਰਹਿ ਜਾਂਦੇ ਨੇ, ਪਰ ਇੱਕ ਦੂਜੇ ਤੋਂ ਸਾਰੇ ਹੀ ਪ੍ਰੇਰਨਾ ਲੈਂਦੇ ਨੇ। ਇੱਕ ਦੋ ਤਿੰਨ ਸਾਰੀਆਂ ਬੂੰਦਾਂ ਆਪਸ ਦੇ ਸਹਿਯੋਗ ਬਣਾ ਕੇ ਚੱਲਦੀਆਂ ਨੇ, ਅਗਰ ਇੱਕ ਪਹੁੰਚੀ ਸਾਗਰ ਤੱਕ ਤਾਂ ਬਾਕੀਆਂ ਦੇ ਸਹਿਯੋਗ ਨਾਲ ਉਂਝ ਨਹੀਂ ਪਹੁੰਚ ਸਕਦੀ। ਇਕੱਲੀ ਬੂੰਦ ਵਿੱਚ ਇਹ ਸਮਰੱਥਾ ਹੀ ਨਹੀਂ ਹੈ। ਅਗਰ ਇਹ ਕੁਦਰਤ ਨਾ ਆਉਂਦੀ ਤਾਂ ਕਾਦਰ ਕਿਸ ਤਰ੍ਹਾਂ ਚੇਤੇ ਆਉਂਦਾ? ਗੁਰੂ ਨਾਨਕ ਕਹਿੰਦੇ ਨੇ ਕੁਦਰਤ ਮੇਰਾ ਗੁਰੂ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ। ਕੁਦਰਤ ਨੇ ਦੇ ਜ਼ਰੇ ਜ਼ਰੇ ਨੇ ਮੈਨੂੰ ਤੇਰਾ ਦਰਸ ਦਿੱਤਾ ਹੈ, ਤੇਰਾ ਉਪਦੇਸ਼ ਦਿੱਤਾ ਹੈ, ਤੇਰਾ ਗਿਆਨ ਦਿੱਤਾ ਹੈ, ਤੇਰੀ ਪ੍ਰੇਰਨਾ ਦਿੱਤੀ ਹੈ। ਕਰਤੇ ਕੁਦਰਤੀ ਮੁਸ਼ਤਾਕ, ਕਬੀਰ ਵੀ ਇਸੇ ਹੀ ਸੋਚਣੀ ਦਾ ਬੰਦਾ ਹੈ, ਕਿਉਂਕਿ ਬ੍ਰਾਹਮਣ ਲੋਕ ਮੰਦਰਾਂ ਵਿੱਚ ਇਸ ਨੂੰ ਆਉਣ ਨਹੀਂ ਦਿੰਦੇ ਸਨ, ਸ਼ੂਦਰ ਸੀ। 5000 ਸਾਲ ਤੱਕ ਮੰਦਰਾਂ ਦੇ ਦਰਵਾਜ਼ੇ ਸ਼ੂਦਰਾਂ ਲਈ ਬੰਦ ਰਹੇ ਨੇ, ਤੇ ਵਿਦਿਆਲਿਆਂ ਦੇ ਦਰਵਾਜ਼ੇ ਵੀ ਬੰਦ, ਪੜ੍ਹ ਨਹੀਂ ਸਕਦਾ ਸੀ। ਤਾਂ ਇਹ ਮਨੁੱਖ ਹੁਣ ਕਿੱਥੋਂ ਪ੍ਰੇਰਨਾ ਲਵੇ? ਬੜੀ ਤੀਕਸ਼ਣ ਬੁੱਧੀ ਦਾ ਮਾਲਕ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੁਬੰਦਾ ਹੋਏ। ਮਨੁੱਖ ਉਹ ਹੈ ਜੋ ਕਾਲ ਦਾ ਚਿੰਤਨ ਕਰੇ, ਜੈਸੇ ਕਾਲ ਦਾ ਚਿੰਤਨ ਕਰੇਗਾ, ਕਾਲ ਦੇ ਚਿੰਤਨ ਦੇ ਚੋਂ ਅਕਾਲ ਦਾ ਚਿੰਤਨ, ਜਿਸ ਨੂੰ ਆਪਣਾ ਅੰਤ ਨਹੀਂ ਦਿਖਾਈ ਦਿੱਤਾ ਉਸਨੂੰ ਬੇਅੰਤ ਨਹੀਂ ਦਿਖਾਈ ਦੇ ਸਕਦਾ। ਇਸ ਵਾਸਤੇ ਗੁਰੂ ਨਾਨਕ ਨੇ ਵੀ ਸ਼ਰਤ ਲਾਈ, ਪਹਿਲੇ ਆਪਣਾ ਕਾਲ ਵੇਖ, ਫਿਰ ਤੈਨੂੰ ਅਕਾਲ ਦੇ ਦਰਸ਼ਨ ਹੋਣਗੇ। ਪਹਿਲੇ ਆਪਣੀ ਮੌਤ ਕਬੂਲ ਕਰ, ਰੱਬ ਤੋਂ ਬਾਅਦ ਦੇ ਚ ਹੀ ਕਬੂਲ ਕਰ ਸਕੇਗਾ, ਉਂਝ ਨਹੀਂ। ਅੰਤ ਤੋਂ ਬਾਅਦ ਬੇਅੰਤ, ਪਹਿਲਾ ਮਰਨ ਕਬੂਲ। ਜੀਵਨ ਕੀ ਛਡਾਸ, 80 ਸਾਲ ਦੇ ਬੁੱਢੇ ਜਨਮ ਦਿਨ ਪਏ ਮਨਾਉਂਦੇ ਨੇ, ਕੌਣ ਮਰਨ ਦਿਨ ਮਨਾਉਂਦਾ ਹੈ? ਇਹ ਮੈਂ ਦੇਖਿਆ, ਔਰ ਸ਼ਰਮ ਨਾਲ ਮੇਰਾ ਸਿਰ ਝੁਕ ਜਾਂਦਾ, ਉੱਥੇ ਹੱਦ ਹੋ ਗਈ। 80 ਸਾਲ ਦਾ ਬੁੱਢਾ ਜਨਮ ਦਿਨ ਮਨਾ ਰਿਹਾ, ਇਹ ਮਰਨ ਦਿਨ ਕਦੋਂ ਮਨਾਵੇਗਾ, ਕਿਸ ਦਿਨ ਮਨਾਏਗਾ?
ਮੈਂ ਇੱਕ ਘਟਨਾ ਬੜੀ ਪ੍ਰਤੱਖ ਦੇਖੀ। ਇੰਗਲੈਂਡ ਦੇ ਸਨ ਇੱਕ ਸਰਦਾਰ ਕਰਤਾਰ ਸਿੰਘ ਕਿਧਰ ਕੈਨੀਆ ਦੇ ਵਿੱਚ, ਉਹ ਪੁਲਿਸ ਇੰਸਪੈਕਟਰ ਰਹੇ ਨੇ, ਪਰ ਇੱਥੇ ਆ ਕੇ ਇੰਗਲੈਂਡ ਦੇ ਜਾ ਕੇ ਬਿਰਧ ਅਵਸਥਾ ਲਗਨ ਬੜੀ ਲੱਗੀ। ਜਦੋਂ ਦਾਸ ਇੰਗਲੈਂਡ ਦੇ ਟੂਰ 'ਤੇ ਆਉਂਦਾ ਸੀ ਤਾਂ ਸਾਰੇ ਸ਼ਹਿਰਾਂ 'ਚ ਮੇਰੇ ਨਾਲ ਜਾਣਾ ਚੱਲਣਾ। ਇਹ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਹੈ, ਗਾਲਬਨ 2 ਸਾਲ ਪਹਿਲੇ ਦੀ। ਇਹ ਸਾਰੇ ਨਾਲ ਸਨ ਦਾਸ ਦੇ, ਉੱਥੇ ਇੱਕ ਦੋ ਜਥੇ ਵੀ ਨਾਲ ਚੱਲ ਰਹੇ ਸਨ। ਇਹ ਮੇਰੇ ਕੋਲ ਆਏ, ਕਹਿੰਦੇ ਨੇ ਗਿਆਨੀ ਜੀ ਮੈਂ ਅਖੰਡ ਪਾਠ ਰਖਾਉਣਾ ਹੈ ਔਰ ਲੰਗਰ ਵੀ ਕਰਨਾ ਹੈ, ਪਰ ਇਕੱਲਾ ਬੱਚਿਆਂ ਨਾਲ ਸੰਬੰਧ ਤੋੜ ਕੇ ਬੈਠਾ, ਪਰਿਵਾਰ ਨਾਲ ਸੰਬੰਧ ਤੋੜ ਕੇ ਬੈਠਾ, ਕਿਉਂਕਿ ਉਹ ਸਿੱਖੀ ਦਾਇਰੇ 'ਚ ਨਹੀਂ ਸਨ, ਧਰਮ ਦੇ ਦਾਇਰੇ 'ਚ ਨਹੀਂ ਸਨ। ਕਹਿੰਦੇ ਸਨ ਮੇਰਾ ਤੇ ਸਾਥੀ ਉਹ ਜੋ ਧਰਮ ਦੇ ਮਾਰਗ ਤੇ ਚਲੇ, ਕਿਉਂਕਿ ਮੈਂ ਇਸ ਰਸਤੇ ਤੇ ਚੱਲ ਰਿਹਾ ਤੇ ਮੈਨੂੰ ਨਹੀਂ ਰਾਹੀ ਮਿਲੇ, ਘਰ ਚੋਂ ਨਹੀਂ ਮਿਲੇ, ਮੈਂ ਬਾਹਰੋਂ ਲੱਭਾਂਗਾ। ਤੋ ਕੱਲਾ ਬਿਰਦ ਕੱਲਾ, ਤੇ ਮੈਨੂੰ ਕਹਿਣ ਲੱਗਾ ਤੁਹਾਨੂੰ ਮੈਂ ਸਾਰਿਆਂ ਨੂੰ ਜਿਹੜੇ ਤੁਹਾਡੇ ਨਾਲ ਸਾਥੀ ਨੇ 10-12 ਅਲੱਗ ਲੰਗਰ ਛਕਾਉਣਾ। ਮੈਂ ਕਿਹਾ ਬਾਬਾ ਜੀ ਇਤਨੀ ਉਮਰ ਤੁਹਾਡੀ ਕਿਸ ਤਰ੍ਹਾਂ ਬਣਾਓਗੇ ਘਰ ਦੇ ਵਿੱਚ? ਕਹਿੰਦਾ ਨਹੀਂ, ਇੱਕ ਸਿੰਘ ਦਾ ਹੋਟਲ ਹੈ, ਉਹਨੂੰ ਮੈਂ ਕਹਾਂਗਾ ਪਵਿੱਤਰ ਢੰਗ ਨਾਲ ਬਣਾਵੇ, ਸੇਵਾ ਮੈਂ ਆਪ ਕਰਾਂਗਾ ਉੱਥੇ, ਤੁਸੀਂ ਮੰਨ ਜਾਓ। ਅਤੇ ਮੈਂ ਅਖੰਡ ਪਾਠ ਦਾ ਭੋਗ ਵੀ ਰਖਵਾਉਣਾ ਹੈ। ਅਤੇ ਮੈਂ ਕਿਹਾ ਕਿਸ ਸੰਬੰਧ ਵਿੱਚ? ਕਹਿੰਦਾ ਆਪਣੀ ਮੌਤ ਦੇ ਸੰਬੰਧ ਵਿੱਚ। ਮੈਨੂੰ ਦਿਖਾਈ ਦੇ ਰਹੀ ਹੈ ਬੱਚੇ ਇੱਕ ਪਾਸੇ ਨੇ, ਉਹਨਾਂ ਦਾ ਮੇਰੇ ਨਾਲ ਕੋਈ ਸੰਬੰਧ ਨਹੀਂ, ਸਭ ਦੂਰ ਦੂਰ ਇਸ ਮਾਰਗ ਦੇ ਉਪਾਂਦੀ ਨਹੀਂ ਜਿਸ ਮਾਰਗ 'ਤੇ ਮੈਂ ਚੱਲਿਆ, ਅਤੇ ਮੈਂ ਭੋਗ ਪਵਾਉਣਾ ਹੈ। ਮੈਂ ਕਿਹਾ ਅਰਦਾਸ ਵੀ ਇਸ ਤਰ੍ਹਾਂ ਦੇ ਭੋਗ ਦੀ ਕਰਨੀ ਪਏਗੀ? ਕਹਿਣਾ ਹਾਂ। ਕਹਿੰਦੇ ਲੰਗਰ ਦੇ 'ਚ ਵੀ ਅਰਦਾਸ ਇਹੀ ਕਰਨੀ। ਹੈਰਾਨਗੀ, ਮੇਰੇ ਨਾਲ ਗਿਆਨੀ ਅਨੂਪ ਸਿੰਘ ਸਨ, ਕਹਿਣ ਲੱਗੇ ਇਹ ਸਠਿਆ ਗਿਆ, ਹੁਣ ਅਸੀਆਂ ਦਾ ਹੋ ਗਿਆ ਨਾ, ਉਲਟੀ ਗੱਲ ਕਰ ਰਿਹਾ, ਇਹ ਕਿਸ ਤਰ੍ਹਾਂ ਹੋ ਸਕਦਾ? ਲੰਗਰ ਛਕਾਵੇ ਤੇ ਭੋਗ ਦੀ ਅਰਦਾਸ ਕਰੀਏ, ਇਸ ਦੀ ਜੀਵਦਾ ਜਾਗਦਾ। ਪਰ ਚੂੰਕਿ ਕਈ ਸਾਲਾਂ ਤੋਂ ਦਾਸ ਦੇ ਨਾਲ ਚੱਲ ਰਿਹਾ ਸੀ, ਉਂਝ ਸਾਰਾ ਇੰਗਲੈਂਡ ਉਸ ਨੂੰ ਜਾਣਦਾ ਸੀ, ਮਸ਼ਹੂਰ ਬੰਦਾ ਸੀ, ਜਿੱਥੇ ਵੀ ਕੋਈ ਧਾਰਮਿਕ ਸਤਸੰਗ ਹੋਵੇ ਉਹਨੇ ਪਹੁੰਚਣਾ, ਲਾਜ਼ਮੀ ਪਹੁੰਚਣਾ, ਚਾਹੇ ਕਿਤਨੀ ਦੂਰ ਹੋਵੇ। ਗਲਾਸਗੋ ਉੱਥੋਂ 500 ਮੀਲ ਦੀ ਦੂਰੀ 'ਤੇ, ਅਤੇ ਕਿਧਰੇ ਰਹਿਣ ਸਵਾਈ ਦਾ ਪ੍ਰੋਗਰਾਮ ਹੈ ਤਾਂ ਉੱਥੇ ਵੀ ਪਹੁੰਚ ਜਾਣਾ, ਕਿਧਰੇ ਧਾਰਮਿਕ ਕਵੀ ਦਰਬਾਰ ਹੈ 300 ਮੀਲ ਦੀ ਦੂਰੀ 'ਤੇ ਤਾਂ ਪਹੁੰਚ ਜਾਣਾ, ਲਾਜ਼ਮੀ ਜਾਣਾ। ਅਤੇ ਜਿਨ੍ਹਾਂ ਦਿਨਾਂ 'ਚ ਵੱਖ ਵੱਖ ਟਾਊਨਾਂ 'ਚ ਪ੍ਰੋਗਰਾਮ ਆਉਂਦਾ ਸੀ, ਇਹ ਨਾਲ ਚੱਲਦਾ ਸੀ। 2 ਸਾਲ ਪਹਿਲੇ ਇਸਨੇ ਪਾਠ ਦਾ ਭੋਗ ਵੀ ਪਵਾਇਆ, ਗੁਰਦੁਆਰੇ ਵੀ ਲੰਗਰ ਕੀਤਾ ਅਤੇ ਸਾਨੂੰ ਅਲੱਗ ਵੀ ਛਕਾ ਲਿਆ, ਅਰਦਾਸ ਵੀ ਹੋ ਗਈ। ਉੱਥੋਂ ਵੁਲਵਰਮਟਨ ਜਾਣਾ ਸੀ, ਇੱਕ ਸੰਤਾਂ ਦਾ ਉੱਥੇ ਡੇਰਾ, ਉੱਥੇ ਦਾਸ ਨੇ 3 ਦਿਨ ਕਥਾ ਕਰਨੀ ਸੀ, ਇਹ ਵੀ ਨਾਲ ਗਿਆ। ਸਵੇਰੇ ਅੰਮ੍ਰਿਤ ਵੇਲੇ ਉੱਠੇ ਹਾਂ, ਦਰਬਾਰ ਸਾਹਿਬ ਗੁਰਦੁਆਰਾ ਹਾਲ ਦੇ ਜਾਣ ਲੱਗੇ ਹਾਂ, ਮੈਨੂੰ ਕਹਿਣ ਲੱਗਾ ਮਸਕੀਨ ਜੀ ਅੱਜ ਮੈਂ ਥੋੜ੍ਹੀ ਦੇਰ ਬਾਅਦ ਦੇ ਚਾਹਵਾਂਗਾ, ਅਰਦਾਸ ਰਹਿੰਦੀ ਹੈ ਉਹ ਮੈਂ ਕਰ ਲਵਾਂ। ਅਤੇ ਮੈਂ ਕਿਹਾ ਅਸੀਂ ਰੁਕ ਜਾਂਦੇ ਹਾਂ ਥੋੜ੍ਹਾ? ਕਹਿੰਦੇ ਨਹੀਂ ਤੁਸੀਂ ਜਾਓ।
ਵਾਪਸੀ ਤੇ ਅਸੀਂ ਕਥਾ ਕਰਕੇ ਆਏ ਹਾਂ, ਉਹ ਚਲਾਣਾ ਕਰਕੇ ਬੈਠੇ ਹਾਂ, ਬੈਠੇ ਹਾਂ ਨਹੀਂ ਸੀ। ਹੈਰਾਨਗੀ ਹੋਈ ਮੈਨੂੰ। ਖੈਰ ਜਿਵੇਂ ਇੱਥੋਂ ਦਾ ਕਾਨੂੰਨ ਹੈ, ਪੁਲਿਸ ਵੀ ਆਈ, ਉਹਨੇ ਸਾਰਾ ਚੈੱਕ ਚੁੱਕ ਕੀਤਾ, ਲੈ ਗਈ ਲਾਸ਼, ਵਾਰਸ ਲੱਭਦੀ ਰਹੀ। ਪੁਲਿਸ ਨੇ ਵਾਰਸ ਲੱਭੇ, ਸਾਨੂੰ ਤਾਂ ਪਤਾ ਹੀ ਨਹੀਂ ਸੀ ਉਹਦਾ ਲੜਕੇ ਕਿੱਥੇ ਨੇ ਅਤੇ ਉਹਦੀਆਂ ਲੜਕੀਆਂ ਕਿੱਥੇ ਨੇ। ਪੁਲਿਸ ਨੇ ਲੱਭ ਲਿਆ, ਉਹਨਾਂ ਨੂੰ ਪਤਾ ਚੱਲ ਗਿਆ। ਉਹ ਵੀ ਇੰਗਲੈਂਡ ਵਿੱਚ ਕਿਧਰੇ ਕੋਣੇ 'ਚ ਇੱਕ ਪਾਸੇ ਰਹਿੰਦੇ ਸਨ, ਆਉਣਾ ਜਾਣਾ ਨਹੀਂ ਸੀ। ਫਿਰ ਤਾਂ ਸਾਰੇ ਸਤਸੰਗੀ ਪ੍ਰੇਮੀ ਸੱਜਣ ਉਹਦੀ ਅਰਥੀ ਨਾਲ ਜੋ ਹੈ ਗਏ, ਪਰ ਮੈਨੂੰ ਹੈਰਾਨਗੀ ਹੋਈ, ਅੰਤ ਦਿਸਿਆ। ਕਹਿੰਦੇ ਨੇ ਜਦ ਧਮਾਕਾ ਕੋਈ ਜ਼ਮੀਨ ਦੇ 'ਚ ਭੂਚਾਲ ਆਉਂਦਾ ਹੈ ਤਾਂ 12 ਘੰਟੇ ਪਹਿਲੇ ਚਿੜੀਆਂ ਨੂੰ ਪਤਾ ਚੱਲ ਜਾਂਦਾ, ਉਹ ਚੀਕਦੀਆਂ ਨੇ। ਜਾਪਾਨ ਵਿੱਚ ਤਾਂ ਇੱਕ ਚਿੜੀ ਹੈ ਖਾਸ, ਅਗਰ ਉਹ ਬੋਲੇ ਤਾਂ ਜਾਪਾਨੀ ਸਮਝ ਜਾਂਦੇ ਨੇ ਭੂਚਾਲ ਆਏਗਾ। ਜਿੱਥੇ ਵਿਸ਼ੇਸ਼ ਢੰਗ ਨਾਲ ਚਿੜੀਆਂ ਬੋਲ ਰਹੀਆਂ ਹਨ, ਭਾਰਤ ਵਿੱਚ ਕਹਿੰਦੇ ਨੇ ਇੱਥੇ ਨਾਗ ਕੋਬਰਾ ਸੱਪ ਹੋਵੇਗਾ ਜ਼ਰੂਰ। ਇਹਨਾਂ ਦੀ ਬੋਲ ਦੱਸਦੀ, ਇਹਨਾਂ ਦਾ ਬੋਲ ਨਾ ਦੱਸ ਰਿਹਾ। ਸਿਆਣੇ ਸੋਈਏ ਦੱਸ ਦਿੰਦੇ ਨੇ ਜ਼ਮੀਨ 'ਤੇ ਚੱਲਦਿਆਂ ਇੱਥੇ ਮਿੱਠਾ ਪਾਣੀ ਨਿਕਲੇਗਾ, ਇੱਥੇ ਕੌੜਾ ਪਾਣੀ ਨਿਕਲੇਗਾ। ਔਰ ਇਸ ਤਰ੍ਹਾਂ ਦੇ ਸੋਈਏ ਮੌਜੂਦ ਨੇ ਜ਼ਮੀਨ 'ਤੇ ਚੱਲਦਿਆਂ, ਕਹਿੰਦੇ ਨੇ ਅੰਦਰ ਧਮਾਕੇ ਹੋ ਰਹੇ ਨੇ, ਪਤਾ ਨਹੀਂ ਕਿਸੇ ਵਕਤ ਵੀ ਭੂਚਾਲ ਆ ਸਕਦਾ ਹੈ। ਆਪਣੇ ਖੰਡਵਾ ਦਾ ਇਲਾਕਾ ਮੱਧ ਭਾਰਤ ਦਾ ਕਈ ਸੂਈਆਂ ਨੇ ਕਿਹਾ ਹੈ ਵੀ ਥੱਲੇ ਧਮਾਕੇ ਹੋ ਰਹੇ ਨੇ, ਕੁਛ ਵੀ ਹੋ ਸਕਦਾ। ਸਾਇੰਟਿਸਟ ਵੀ ਹੁਣ ਗਏ ਨੇ ਖੋਜ ਪਏ ਕਰਦੇ। ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਭੂਚਾਲ ਦਾ ਪਤਾ 10 ਦਿਨ 15 ਦਿਨ ਪਹਿਲੇ ਚਿੜੀਆਂ ਨੂੰ ਜ਼ਿਆਦਾ ਚੱਲ ਜਾਂਦਾ। ਕੁਛ ਇਸ ਤਰ੍ਹਾਂ ਦੀ ਸੰਵੇਦਨਾ ਰੱਖਣ ਵਾਲੇ ਮਨੁੱਖਾਂ ਨੂੰ ਵੀ ਪਤਾ ਚੱਲ ਜਾਂਦਾ, ਮੌਤ ਸਰੀਰ ਦੇ 'ਚ ਘਟਣ ਲੱਗੀ ਹੈ, ਭੂਚਾਲ ਸਰੀਰ ਦਾ ਹੀ ਅੰਤ ਹੋ ਜਾਣਾ ਹੈ। ਕਈਆਂ ਨੂੰ 6 ਮਹੀਨੇ ਪਹਿਲੇ ਪਤਾ ਚੱਲ ਜਾਂਦਾ, ਕਈਆਂ ਨੂੰ ਮਹੀਨਾ ਪਹਿਲੇ ਪਤਾ ਚੱਲ ਜਾਂਦਾ। ਮੈਨੂੰ ਐਸਾ ਮਹਿਸੂਸ ਹੋਇਆ ਉਸ ਬਾਬੇ ਨੂੰ ਪਤਾ ਚੱਲ ਗਿਆ ਸੀ। ਮੈਨੂੰ ਕਹਿਣ ਲੱਗਾ, ਮੈਂ ਤੁਹਾਡੀ ਉਡੀਕ ਕਰਦਾ ਪਿਆ ਸੀ, ਤੁਸੀਂ ਆ ਗਏ, ਖੰਡ ਪਾਠ ਰਖਾਉਣਾ, ਲੰਗਰ ਕਰਾਉਣਾ, ਭੋਗ ਦਾ ਦਿਸ ਗਿਆ। ਇੰਨੀ ਵੱਡੀ ਘਟਨਾ ਘਟਣ ਲੱਗੀ ਹੈ, ਨਾ ਦਿਸੇ। ਕਹਿੰਦੇ ਨੇ ਬਹੁਤ ਦੁਸ਼ਟ ਅਤੇ ਮਲੀਨ ਬੁੱਧੀ ਦਾ ਮਨੁੱਖ ਹੋਵੇ, ਉਹਨੂੰ ਵੀ 1 ਦਿਨ ਪਹਿਲੇ 'ਤੇ ਦਿਖਾਈ ਦੇ ਜਾਂਦਾ, ਉਹਦਾ ਮਨ ਬੇਚੈਨ ਹੋ ਜਾਂਦਾ। ਅਥਾਹ ਵਿਆਕੁਲਤਾ, ਇਸ ਤਰ੍ਹਾਂ ਦੀ ਵਿਆਕੁਲਤਾ ਉਸਨੇ ਕਦੀ ਨਹੀਂ ਦੇਖੀ ਆਉਣੀ ਜਿਹੜੀ ਉਸ ਦਿਨ ਉਸਨੂੰ ਹੋ ਜਾਂਦੀ ਹੈ। ਇੰਨੀ ਵੱਡੀ ਘਟਨਾ ਘਟਣ ਲੱਗੀ ਹੈ, ਇਸਦਾ ਕੁਛ ਵੀ ਪਹਿਲੇ ਸੰਕੇਤ ਨਾ ਮਿਲੇ, ਕੁਛ ਵੀ ਪਹਿਲੇ ਇਸ਼ਾਰਾ ਨਾ ਹੋਵੇ। ਲਾਜ਼ਮੀ ਆਉਂਦਾ ਹੈ, ਹਰ ਹਾਲਤ 'ਚ ਆਉਂਦਾ ਹੈ। ਪਰ ਮੈਂ ਅਰਜ਼ ਕਰਾਂ, 80-85 ਸਾਲ ਦਾ ਬੁੱਢਾ ਜੋ ਜਨਮ ਦਿਨ ਮਨਾ ਰਿਹਾ ਹੈ, ਸ਼ਾਇਦ ਇਸਦੇ ਕੋਲ ਅਕਲ ਨਹੀਂ ਹੋਵੇਗੀ, ਪੱਥਰ ਹੀ ਹੋਵੇਗਾ। ਬਿਲਕੁਲ ਪੱਥਰ, ਦਿਲ ਪੱਥਰ, ਦਿਮਾਗ ਪੱਥਰ। ਹੱਦ ਹੋ ਗਈ, ਅਜੇ ਵੀ ਤੈਨੂੰ ਆਪਣਾ ਅੰਤ ਨਹੀਂ ਦਿਖਾਈ ਦਿੰਦਾ, ਅਜੇ ਵੀ ਜਨਮ ਦਿਨ ਮਨਾ ਰਿਹਾ। 85 ਸਾਲ 80 ਸਾਲ ਪਹਿਲੇ ਜੰਮਿਆ ਸੀ ਅਤੇ ਜਨਮ ਦਿਨ ਮਨਾ ਰਹੇ ਹੈ, ਜਨਮ ਨਾਲ ਜੁੜੇ ਹੈ, ਮਰ ਕੇ ਫਿਰ ਜੰਮੇਗਾ ਔਰ ਕੀ ਕਰੇਗਾ। ਅਗਰ ਆਪਣਾ ਅੰਤ ਮਨਾ ਰਹੇ ਹੈ ਔਰ ਅੰਤ ਤੂੰ ਕਬੂਲ ਕਰ ਲਿਆ, ਬੇਅੰਤ ਦੇ ਚਲੀਨ ਹੋ ਜਾਏਗਾ, ਜਨਮ ਤੋਂ ਰਹਿਤ ਹੋ ਜਾਏਗਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ,
ਹੋਏ ਸਵਨ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਤੋ ਖੈਰ ਮੈਂ ਲਮਕਾਵਾਂ ਨਾ। ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਸੱਚ ਦਾ ਅਤਾਰ ਸ਼ਨਾਖਤ ਕੁਦਰਤੀ। ਮੈਂ ਤੇਰੀ ਕੁਦਰਤ ਦੇ ਚੋਂ ਤੇਰਾ ਸੰਦੇਸ਼ ਲਿਆ, ਤੇਰਾ ਪੈਗਾਮ ਲਿਆ, ਤੇਰੀ ਝਲਕ ਵੇਖੀ ਹੈ, ਫਿਰ ਤੇਰੇ ਬੋਲ ਮੈਨੂੰ ਮਿਲੇ ਨੇ ਸੁਣਨ ਨੂੰ, ਉਹਨਾਂ ਤੋਂ ਮੈਂ ਪ੍ਰੇਰਨਾ ਲਈ ਹੈ। ਬੋਲ ਬ੍ਰਹਿਮੰਡ ਦੇ ਚ ਮੌਜੂਦ ਨੇ, ਜਿਸ ਦੀ ਪਕੜ ਦੇ ਚ ਆ ਜਾਣ ਅਵਤਾਰ ਪੈਗੰਬਰ। ਮੈਂ ਫਿਰ ਅਰਜ਼ ਕਰਾਂ, ਉਂਗਲੀਆਂ ਤੇ ਗਿਣੇ ਜਾਣ ਵਾਲੇ ਪੁਰਸ਼ ਨੇ ਜੋ ਪੈਗੰਬਰ ਨੇ, ਬੋਲਾਂ ਨੂੰ ਪਕੜ ਲੈਂਦੇ ਨੇ, ਬ੍ਰਹਿਮੰਡ ਦੇ ਚ ਨੇ। ਜਿਵੇਂ ਕੁਦਰਤ ਹੈ ਇਸ ਤਰ੍ਹਾਂ ਹੀ ਬੋਲ ਨੇ, ਇਸ ਤਰ੍ਹਾਂ ਹੀ ਪਰਮਾਤਮਾ ਦੀ ਆਵਾਜ਼ ਹੈ। ਪੈਗੰਬਰਾਂ ਦੇ ਬੋਲਾਂ ਤੋਂ ਸਿੱਖ ਕੇ ਜਿਹਨੂੰ ਕੁਦਰਤ ਦੇ ਚੋਂ ਪਰਮਾਤਮਾ ਦਿਖਾਈ ਦੇਵੇ, ਤਾਂ ਸਮਝ ਲੈਣਾ ਵਾਕਈ ਇਸਨੇ ਹੀ ਕੁਝ ਸਿੱਖਿਆ ਹੈ। ਨਹੀਂ ਤੇ ਮੁਸਲਮਾਨ ਬਣਨ ਨਾਲ ਕੋਈ ਕੁਰਾਨ ਦਾ ਜਲਵਾ ਉਸਦੇ ਅੰਦਰ ਨਹੀਂ ਹੋ ਜਾਂਦਾ, ਤੇ ਸਿੱਖ ਬਣਨ ਨਾਲ ਕੋਈ ਬਾਣੀ ਦਾ ਪ੍ਰਕਾਸ਼ ਨਹੀਂ ਹੋ ਜਾਂਦਾ। ਕਿੰਨਿਆਂ ਦੇ ਅੰਦਰ ਹੈ ਬਾਣੀ ਦਾ ਜਹਾਜ਼? ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੌਜੂਦ, ਪਰ ਮੌਜੂਦਗੀ ਜੇ ਇੱਕ ਦੂਜੇ ਦੀ ਪੱਗਾਂ ਲੈਂਦੀਆਂ ਹੋਈਆਂ ਮੈਂ ਦੇਖੀਆਂ, ਕੋਈ ਦਿਸਦਾ ਹੈ ਪ੍ਰਕਾਸ਼? ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ ਪਾਲਕੀ ਦੇ ਚ, ਹੋਵੇਗਾ ਤੇਰੇ ਹਿਰਦੇ ਚ ਨਹੀਂ ਹੈ। ਬਾਣੀ ਦਾ ਪ੍ਰਕਾਸ਼ ਤੇਰੇ ਹਿਰਦੇ ਚ ਨਹੀਂ ਹੈ, ਵਰਨਾ ਕਿਸ ਤਰ੍ਹਾਂ ਹੋ ਸਕਦਾ ਸੀ ਕਿ ਤੂੰ ਦੂਸਰੇ ਦੀ ਪੱਗ ਲਾਵੇਂ, ਇੱਕ ਦੂਜੇ ਦੀ ਪੱਗ ਲਾਓ, ਹਾਥਾ ਪਾਈ। ਮੈਂ ਦੇਖਦਾ ਦੁਨੀਆਂ ਵਿੱਚ ਲੜਾਈਆਂ ਤੇ ਚੱਲ ਰਹੀਆਂ ਨੇ, ਲੜ ਰਹੇ ਨੇ ਸਾਡੇ ਹਿੰਦੂ ਵੀਰ, ਖੂਬ ਰੱਜ ਕੇ ਲੜ ਰਹੇ ਨੇ, ਪਰ ਬਾਜ਼ਾਰ ਵਿੱਚ ਲੜ ਰਹੇ ਨੇ। ਉਹਨਾਂ ਦੀ ਲੜਾਈ ਦਾ 90% ਕਾਰਨ ਹੈ ਆਰਥਿਕ ਵਿਆਪਾਰਕ ਧਨ। ਲੜ ਰਹੇ ਨੇ ਮੁਸਲਮਾਨ ਵੀ, ਖੂਬ ਲੜ ਰਹੇ ਨੇ, ਰੱਜ ਕੇ ਲੜ ਰਹੇ ਨੇ, ਪਰ ਲੜਾਈ ਇਹਨਾਂ ਦੀ ਪਰਿਵਾਰਕ ਹੈ ਜ਼ਿਆਦਾ ਅਧਿਕ। ਰੋਜ਼ ਦੇ ਤਲਾਕ, ਸ਼ਾਦੀਆਂ, ਬੱਚਿਆਂ ਦਾ ਮਸਲਾ, ਲੜਾਈ ਜ਼ਿਆਦਾ ਘਰੇਲੂ ਹੈ ਔਰ ਘਰ ਘਰ ਵਿੱਚ ਹੈ, ਬਹੁਤ ਜ਼ਿਆਦਾ ਹੈ। ਲੜ ਰਹੇ ਨੇ ਸਿੱਖ ਵੀ ਰੱਜ ਕੇ ਔਰ ਖੂਬ ਲੜ ਰਹੇ ਨੇ, ਪਰ ਗੁਰਦੁਆਰੇ ਵਿੱਚ ਲੜ ਰਹੇ ਨੇ। ਲੋਭ ਕਰਕੇ ਹਿੰਦੂ ਲੜ ਰਿਹਾ ਹੈ ਬਾਜ਼ਾਰ ਵਿੱਚ, ਵਾਸ਼ਨਾ ਕਰਕੇ ਮੁਸਲਮਾਨ ਲੜ ਰਿਹਾ ਹੈ ਪਰਿਵਾਰ ਵਿੱਚ, ਹੰਕਾਰ ਕਰਕੇ ਲੜ ਰਿਹਾ ਸਿੱਖ ਗੁਰਦੁਆਰਿਆਂ ਵਿੱਚ, ਖੂਬ ਲੜ ਰਿਹਾ, ਰੱਜ ਕੇ ਲੜ ਰਿਹਾ। ਹੋ ਸਕਦਾ ਮੈਂ ਅਧਿਐਨ ਗਲਤ ਕੀਤਾ ਹੋਵੇ, ਗਲਤੀ ਕਬੂਲ ਕਰ ਲਿਆਂਗਾ, ਮੰਨ ਲਿਆਂਗਾ, ਕੋਈ ਐਸੀ ਗੱਲ ਨਹੀਂ, ਮਨੁੱਖ ਹੈ ਆਖਿਰ ਗਲਤੀਆਂ ਤੋਂ ਸਿੱਖਦਾ। ਲੇਕਿਨ ਮੈਨੂੰ ਐਸਾ ਦਿਖਾਈ ਦਿੱਤਾ, ਮੈਂ ਐਸਾ ਦੇਖਿਆ, ਜੋ ਗਹਿਰਾਈ ਨਾਲ ਦੇਖਦਾ, 90% ਹਿੰਦੂਆਂ ਦੀ ਲੜਾਈ ਆਰਥਿਕ ਹੈ, ਲੋਭ ਤੇ ਖੜੀ ਹੈ। 90% ਲੜਾਈ ਮੁਸਲਮਾਨਾਂ ਦੀ ਪਰਿਵਾਰਕ ਹੈ, ਵਾਸ਼ਨਾ ਤੇ ਖੜੀ ਹੈ। ਔਰ ਬਹੁ ਗਿਣਤੀ ਵਿੱਚ ਲੜਾਈ ਸਿੱਖਾਂ ਦੀ ਗੁਰਦੁਆਰੇ 'ਚ ਹੈ, ਹੰਕਾਰ ਤੇ ਖੜੀ ਹੈ। ਮੈਂ ਹਾਂ, ਤੂੰ ਕੀ ਹੈ, ਤੂੰ ਕੁਛ ਵੀ ਨਹੀਂ, ਤੂੰ ਮੇਰੇ ਸਾਹਮਣੇ ਕੀ ਹੈ, ਤੂੰ ਕੁਛ ਵੀ ਨਹੀਂ, ਤੂੰ ਹੈ ਹੀ ਨਹੀਂ। ਹੰਕਾਰ ਦੂਜੇ ਨੂੰ ਕਬੂਲ ਨਹੀਂ ਕਰਦਾ, ਹੰਕਾਰ ਪਿੱਛੇ ਚੱਲ ਕੇ ਰਾਜ਼ੀ ਨੇ। ਹੁਣ 1000 ਬੰਦੇ ਹੋਣ ਤੇ ਆਖਣ ਸਾਰੇ ਹੀ ਅੱਗੇ ਜਾਣਾ ਹੈ, ਤੂੰ ਕਮ ਸੇ ਕਮ
ਬਾਕੀਆਂ ਦੀ ਤੇ ਬਲੀ ਚੜਾ ਕੇ ਤੂੰ ਅੱਗੇ ਜਾ ਸਕਦਾ, ਉਂਝ ਤੇ ਨਹੀਂ ਜਾ ਸਕਦਾ। ਕਿਵੇਂ ਜਾਏਗਾ, ਕੋਈ ਸਾਰੇ ਹੀ ਅੱਗੇ ਜਾਣਾ ਚਾਹੁੰਦੇ ਨੇ, ਕਿਸ ਤਰ੍ਹਾਂ ਕਰੋਗੇ ਫਿਰ? ਦਸ ਬੰਦੇ ਨੇ ਆਖਣ, ਨਹੀਂ ਅਸੀਂ ਸਭ ਤੋਂ ਅੱਗੇ ਆਉਣਾ, ਤੂੰ ਨੌ ਦਾ ਭੋਗ ਪਾ ਤਾਂ ਹੀ ਅੱਗੇ ਜਾ ਸਕਦਾ, ਲਾਸ਼ਾਂ ਦੇ ਉੱਤੇ ਅੱਗੇ ਹੋ ਸਕਦਾ। ਤੂੰ ਸਿੱਖਾਂ ਦੀਆਂ ਜਿਤਨੀਆਂ ਲਾਸ਼ਾਂ ਵਿਛਾ ਦਿੰਦੇ ਨੇ, ਸ਼ਾਇਦ ਹੀ ਕੋਈ ਹੋਰ ਵਿਛਾਏ। ਇਹ ਵੀ ਮੈਂ ਅਰਜ਼ ਕਰਦੇ ਹਾਂ, 90% ਸਿੱਖ ਪੰਜਾਬ ਵਿੱਚ ਮਰੇ ਨੇ ਸਿੱਖਾਂ ਦੇ ਹੱਥੋਂ, ਦੂਰ ਕਿਉਂ ਜਾਓ? ਜ਼ਲੀਲ ਹੋਏ ਨੇ ਸਿੱਖਾਂ ਦੇ ਹੱਥੋਂ, ਪਰੇਸ਼ਾਨ ਹੋਏ ਨੇ ਸਿੱਖਾਂ ਦੇ ਹੱਥੋਂ, ਹੰਕਾਰ ਬੜਾ ਪ੍ਰਬਲ। ਤਾਂ ਖੈਰ ਮੈਂ ਇਹ ਗੱਲ ਲਮਕਾਵਾਂ ਨਾ, ਸੁਭਾਵਕ ਜੋ ਹੈ ਗੱਲ ਆ ਗਈ ਤਾਂ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖ ਦਿੱਤੀ ਹੈ।